ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਗੁਰਪ੍ਰੀਤ ਨੰਦਗੜ੍ਹ। ਮੈਂ ਨਰਿੰਦਰ ਸਿੰਘ। ਤੁਹਾਡਾ ਸਾਡੇ ਯੂਟਿਊਬ ਚੈਨਲ ਗਿੱਲ ਸਮਾਰਟ ਸਟੱਡੀ ਦੇ ਵਿੱਚ ਸਵਾਗਤ ਹੈ। ਸੋ ਦੋਸਤੋ, ਅਸੀਂ ਤੁਹਾਨੂੰ ਸਾਡਾ ਸਕੂਲ ਸਾਡਾ ਮਾਣ ਪ੍ਰੋਗਰਾਮ ਦੇ ਤਹਿਤ ਜਿਹੜਾ ਵੱਖੋ ਵੱਖਰੇ ਗੌਰਮੈਂਟ ਸਕੂਲ ਨੇ ਉਹਨਾਂ ਦੇ ਰੂਬਰੂ ਕਰਾਉਂਦੇ ਰਹਿੰਦੇ ਹਾਂ। ਇਸੇ ਲੜੀ ਨੂੰ ਅੱਗੇ ਤੋਰਦੇ ਹਾਂ। ਅੱਜ ਅਸੀਂ ਪਹੁੰਚੇ ਹਾਂ ਸੀਨੀਅਰ ਸੈਕੰਡਰੀ ਸਕੂਲ ਰਾਮਗੜ੍ਹ ਸ਼ਾਹਪੁਰੀਆ। ਇਸ ਸਕੂਲ ਦੀਆਂ ਕੀ ਪ੍ਰਾਪਤੀਆਂ ਨੇ, ਇਸ ਸਕੂਲ ਦੀਆਂ ਕੀ ਗਤੀਵਿਧੀਆਂ ਚੱਲਦੀਆਂ ਰਹਿੰਦੀਆਂ, ਇਹਨਾਂ ਦੇ ਬਾਰੇ ਜਾਣਨ ਦੇ ਲਈ ਅਸੀਂ ਅੱਜ ਗੱਲਾਂ ਬਾਤਾਂ ਦਾ ਸਿਲਸਿਲਾ ਜਾਰੀ ਕਰਾਂਗੇ ਇਸ ਸਕੂਲ ਦੇ ਅਧਿਆਪਕਾਂ ਦੇ ਨਾਲ। ਆਓ ਲੈ ਚੱਲਦੇ ਹਾਂ ਤੁਹਾਨੂੰ ਇਸ ਸਕੂਲ ਦੇ ਅੰਦਰ। ਹਾਂਜੀ, ਜਿਵੇਂ ਕਿ ਤੁਹਾਨੂੰ ਪਤਾ ਹੀ ਹੈ, ਅੱਜ ਅਸੀਂ ਸਰਕਾਰੀ ਸੈਕੰਡਰੀ ਸਕੂਲ ਰਾਮਗੜ੍ਹ ਸ਼ਾਹਪੁਰੀਆ ਦੇ ਵਿੱਚ ਪਹੁੰਚ ਚੁੱਕੇ ਹਾਂ ਅਤੇ ਅੱਜ ਅਸੀਂ ਇਸ ਸਕੂਲ ਦੇ ਵਿੱਚ ਅਧਿਆਪਕ ਸਾਹਿਬਾਨਾਂ ਦੇ ਨਾਲ ਗੱਲਾਂ ਬਾਤਾਂ ਦਾ ਸਿਲਸਿਲਾ ਜਾਰੀ ਕਰਦੇ ਹਾਂ। ਸਭ ਤੋਂ ਪਹਿਲਾਂ ਅਸੀਂ ਮਿਲਦੇ ਹਾਂ ਇਸ ਸਕੂਲ ਦੇ ਪ੍ਰਿੰਸੀਪਲ ਸਰਦਾਰ ਗੁਰਮੀਤ ਸਿੰਘ ਜੀ ਸਿੱਧੂ, ਉਹਨਾਂ ਦਾ ਅਸੀਂ ਸਵਾਗਤ ਕਰਦੇ ਹਾਂ ਸਾਡੇ ਪ੍ਰੋਗਰਾਮ ਸਾਡਾ ਸਕੂਲ ਸਾਡਾ ਮਾਣ ਦੇ ਵਿੱਚ। ਸਰ, ਸਭ ਤੋਂ ਪਹਿਲਾਂ ਅਸੀਂ ਪੁੱਛਣਾ ਚਾਹਾਂਗੇ ਕਿ ਤੁਸੀਂ ਬਤੌਰ ਪ੍ਰਿੰਸੀਪਲ ਕਦੋਂ ਜੁਆਇਨ ਕੀਤਾ? ਜੀ, ਸਭ ਤੋਂ ਪਹਿਲਾਂ ਤਾਂ ਮੈਂ ਆਪਣੀ ਸੰਸਥਾ ਵੱਲੋਂ ਆਪ ਸਭ ਨੂੰ ਇੱਥੇ ਆਉਣ 'ਤੇ ਜੀ ਆਇਆ ਕਹਿੰਦਾ ਹਾਂ। ਮੈਂ ਇਸ ਸੰਸਥਾ ਦੇ ਵਿੱਚ 30 ਨਵੰਬਰ ਜੀ 2019 ਨੂੰ ਬਤੌਰ ਪ੍ਰਿੰਸੀਪਲ ਜੁਆਇਨ ਕੀਤਾ। ਮੇਰੇ ਤੋਂ ਪਹਿਲਾਂ ਇੱਥੇ ਸਰਦਾਰ ਨਿਰਮਲ ਸਿੰਘ ਜੀ ਬਤੌਰ ਇੰਚਾਰਜ ਪ੍ਰਿੰਸੀਪਲ ਕੰਮ ਕਰ ਰਹੇ ਸੀ। ਸਰ, ਤੁਹਾਡੀ ਕੁਆਲੀਫਿਕੇਸ਼ਨ ਕੀ ਹੈ? ਮੇਰੇ ਕੋਲ 5 ਵਿਸ਼ਿਆਂ ਦੇ ਵਿੱਚ ਪੋਸਟ ਗ੍ਰੈਜੂਏਸ਼ਨ ਦੀ ਡਿਗਰੀ ਹੈ ਜੀ, ਭਾਵ 5 ਸਬਜੈਕਟਾਂ ਦੀ MA ਕੀਤੀ ਹੋਈ ਹੈ। ਮੈਂ ਪੰਜਾਬੀ, ਇੰਗਲਿਸ਼, ਹਿਸਟਰੀ, ਪੋਲੀਟੀਕਲ ਸਾਇੰਸ ਅਤੇ ਇਕਨੋਮਿਕਸ ਜੀ। ਅਤੇ ਸਰ, ਤੁਹਾਡਾ ਅੱਜ ਤੱਕ ਦਾ ਜਿਹੜਾ ਟੀਚਿੰਗ ਐਕਸਪੀਰੀਅੰਸ ਰਿਹਾ? ਮੈਂ ਸਿੱਖਿਆ ਵਿਭਾਗ ਦੇ ਵਿੱਚ 2001 ਦੇ ਵਿੱਚ ਬਤੌਰ ਪ੍ਰਾਇਮਰੀ ਟੀਚਰ ਜੁਆਇਨ ਕੀਤਾ ਸੀ ETT ਕੰਮ ਤੋਂ ਬਾਅਦ। ਉਸ ਤੋਂ ਬਾਅਦ 2007 ਦੇ ਵਿੱਚ ਮੇਰੀ ਬਤੌਰ SS ਮਾਸਟਰ ਪ੍ਰਮੋਸ਼ਨ ਹੋਈ। ਉਸ ਤੋਂ ਬਾਅਦ ਸਿੱਖਿਆ ਵਿਭਾਗ ਵੱਲੋਂ ਡਾਇਰੈਕਟਰ ਰਿਕਰੂਟਮੈਂਟ ਕੀਤੀ ਗਈ ਲੈਕਚਰਾਰ ਦੀ 2016 ਦੇ ਵਿੱਚ। ਉਸ ਦੇ ਵਿੱਚ ਮੈਂ ਬਤੌਰ ਹਿਸਟਰੀ ਲੈਕਚਰਾਰ ਪੂਰੇ ਪੰਜਾਬ 'ਚੋਂ 3ਰਾ ਸਥਾਨ ਪ੍ਰਾਪਤ ਕੀਤਾ ਅਤੇ ਹਿਸਟਰੀ ਲੈਕਚਰਾਰ ਬਣਿਆ। ਉਸ ਤੋਂ ਬਾਅਦ 2019 ਦੇ ਵਿੱਚ ਪੰਜਾਬ ਸਰਕਾਰ ਵੱਲੋਂ PPSC ਰਾਹੀਂ ਸਿੱਧੇ ਪ੍ਰਿੰਸੀਪਲਾਂ ਦੀ ਭਰਤੀ ਕੀਤੀ ਗਈ, ਜਿਸ ਵਿੱਚ ਮੈਂ PPSC ਦਾ ਟੈਸਟ ਅਤੇ ਇੰਟਰਵਿਊ ਕਲੀਅਰ ਕਰਕੇ ਇੱਥੇ 30 ਨਵੰਬਰ 2019 ਨੂੰ ਬਤੌਰ ਪ੍ਰਿੰਸੀਪਲ ਹਾਜ਼ਰ ਹੋਇਆ ਜੀ। ਬਹੁਤ ਹੀ ਮਾਣ ਵਾਲੀ ਗੱਲ ਹੈ, ਰਾਮਗੜ੍ਹ ਸ਼ਾਹਪੁਰੀਆ ਪਿੰਡ ਅਤੇ ਇਸ ਸਕੂਲ ਦੇ ਲਈ ਜਿਨ੍ਹਾਂ ਨੂੰ ਬਹੁਤ ਹੀ ਵੈੱਲ ਕੁਆਲੀਫਾਈਡ ਪ੍ਰਿੰਸੀਪਲ ਮਿਲੇ ਨੇ, ਜਿਨ੍ਹਾਂ ਨੇ 5 ਵਿਸ਼ਿਆਂ ਦੇ ਵਿੱਚ ਪੋਸਟ ਗ੍ਰੈਜੂਏਸ਼ਨ ਕੀਤੀ ਆ, ETT ਕਰਕੇ ਇੱਕ ਟੀਚਰ ਦੇ ਤੌਰ 'ਤੇ ਜੁਆਇਨ ਕੀਤਾ ਸੀਗਾ, ਅਤੇ ਇਸ ਸਕੂਲ ਦੇ ਬੱਚਿਆਂ ਦੇ ਜੋ ਭਵਿੱਖ ਹੈ ਉਹਨੂੰ ਸੁਨਹਿਰਾ ਕਰਨ ਦੇ ਲਈ ਵੀ ਸਰ ਬਹੁਤ ਜ਼ਿਆਦਾ ਯਤਨ ਕਰ ਰਹੇ ਨੇ। ਅਤੇ ਹੁਣ ਮੈਂ ਸਰ ਨੂੰ ਪੁੱਛਣਾ ਚਾਹਾਂਗਾ ਕਿ ਸਰ, ਇਸ ਸਕੂਲ ਦੇ ਵਿੱਚ ਜੇ ਆਪਾਂ ਗੱਲ ਕਰੀਏ ਆਲੇ ਦੁਆਲੇ ਦੇ ਪਿੰਡਾਂ ਤੋਂ ਸਟੂਡੈਂਟ ਆ ਰਹੇ ਨੇ ਸਰ? ਬਿਲਕੁਲ, ਇਸ ਸਕੂਲ ਦੇ ਵਿੱਚ ਇਕੱਲੇ ਰਾਮਗੜ੍ਹ ਸ਼ਾਹਪੁਰੀਆ ਦੇ ਨਹੀਂ ਬਲਕਿ ਹੋਰ ਕਈ ਆਸੇ ਪਾਸੇ ਦੇ ਪਿੰਡਾਂ ਤੋਂ ਵੀ ਬੱਚੇ ਵਿੱਦਿਆ ਗ੍ਰਹਿਣ ਕਰਨ ਲਈ ਆਉਂਦੇ ਨੇ। ਉਹਨਾਂ ਪਿੰਡਾਂ ਦੇ ਵਿੱਚ ਆਂਡਿਆਂ ਵਾਲੀ, ਪਖੜਿਆਲ, ਚੱਕ ਅਲੀ ਸ਼ੇਰ, ਮਘਾਣੀਆਂ, ਬੀਰੇ ਵਾਲਾ ਡੋਗਰਾ ਆਦਿ ਪਿੰਡਾਂ ਤੋਂ ਬੱਚੇ ਜਿਹੜੇ ਪੜ੍ਹਨ ਲਈ ਆਉਂਦੇ ਨੇ। ਇਸ ਤੋਂ ਇਲਾਵਾ ਟੋਡਰਪੁਰ ਦੇ ਬੱਚੇ ਵੀ ਇੱਥੇ ਸਿੱਖਿਆ ਗ੍ਰਹਿਣ ਕਰਨ ਲਈ ਆਉਂਦੇ ਨੇ ਜੀ। ਅਤੇ ਇਸ ਸਕੂਲ ਦੇ ਇਕੱਲੇ ਇਸ ਸਕੂਲ ਦੇ ਲਈ ਮਾਣ ਵਾਲੀ ਗੱਲ ਨਹੀਂ, ਇਸ ਪਿੰਡ ਦੇ ਲਈ ਮਾਣ ਵਾਲੀ ਗੱਲ ਨਹੀਂ, ਜਿਹੜੇ ਜਿਹੜੇ ਪਿੰਡਾਂ ਨੇ ਜਿਵੇਂ ਸਰ ਨੇ ਦੱਸਿਆ ਵੀ ਟੋਡਰਪੁਰ ਪਿੰਡ ਹੋ ਗਿਆ, ਚੱਕ ਅਲੀ ਸ਼ੇਰ ਹੋ ਗਿਆ, ਇਹਨਾਂ ਪਿੰਡਾਂ ਲਈ ਵੀ ਮਾਣ ਵਾਲੀ ਗੱਲ ਹੈ ਕਿ ਉਹਨਾਂ ਪਿੰਡਾਂ ਦੇ ਜੋ ਬੱਚੇ ਪੜ੍ਹ ਰਹੇ ਨੇ ਉਹਨਾਂ ਨੂੰ ਵੀ ਇੱਕ ਬਹੁਤ ਹੀ ਵੈੱਲ ਕੁਆਲੀਫਾਈਡ ਪ੍ਰਿੰਸੀਪਲ ਮਿਲੇ ਨੇ ਜੋ ਕਿ ਉਹਨਾਂ ਦੇ ਭਵਿੱਖ ਨੂੰ ਸੁਮਾਰਨ ਦੇ ਲਈ ਅਤਿਅੰਤ ਕੋਸ਼ਿਸ਼ਾਂ ਕਰ ਰਹੇ ਨੇ ਜੀ। ਸਰ, ਇਸ ਸਕੂਲ ਬਾਰੇ ਆਪਾਂ ਜਾਣਕਾਰੀ ਲਈਏ ਵੀ ਇਸ ਸਕੂਲ ਦੀ ਸਰ ਸਥਾਪਨਾ ਕਦੋਂ ਹੋਈ? ਇਸ ਸਕੂਲ ਦੀ ਸਥਾਪਨਾ 1974 ਦੇ ਵਿੱਚ ਹੋਈ ਸੀ, ਉਸ ਵੇਲੇ ਇਹ ਮਿਡਲ ਸਕੂਲ ਬਣਿਆ ਸੀ ਜੀ। ਉਸ ਤੋਂ ਬਾਅਦ ਸਿੱਖਿਆ ਵਿਭਾਗ ਵੱਲੋਂ 1978 ਦੇ ਵਿੱਚ ਇਸ ਨੂੰ ਹਾਈ ਸਕੂਲ ਦਾ ਦਰਜਾ ਦੇ ਦਿੱਤਾ ਗਿਆ। ਉਸ ਤੋਂ ਬਾਅਦ 2006 ਦੇ ਵਿੱਚ ਇੱਥੋਂ ਦੀ ਪੰਚਾਇਤ ਨੇ ਪੰਚਾਇਤੀ ਤੌਰ 'ਤੇ ਸੈਕੰਡਰੀ ਵਿਭਾਗ ਦੀਆਂ ਕਲਾਸਾਂ ਵੀ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਅਤੇ 2014 ਵਿੱਚ ਸਿੱਖਿਆ ਵਿਭਾਗ ਨੇ ਇਸ ਨੂੰ ਸੈਕੰਡਰੀ ਸਕੂਲ ਦਾ ਦਰਜਾ ਦੇ ਦਿੱਤਾ। ਅਤੇ ਸਰ, ਜੇ ਆਪਾਂ ਅੱਜ ਦੇ ਸਮੇਂ ਦੀ ਗੱਲ ਕਰੀਏ ਵੀ ਇਸ ਸਕੂਲ ਦੇ ਵਿੱਚ ਸਰ ਕਿੰਨੇ ਵਿਦਿਆਰਥੀ ਪੜ੍ਹ ਰਹੇ ਹਨ? ਇਸ ਸਕੂਲ ਦੇ ਵਿੱਚ ਇਸ ਸਮੇਂ 394 ਵਿਦਿਆਰਥੀ ਪੜ੍ਹ ਰਹੇ ਨੇ। ਅਤੇ ਸਰ, ਇਸ ਸਕੂਲ ਦੇ ਵਿੱਚ ਕਿਹੜੀ ਕਿਹੜੀ ਸਟਰੀਮ ਚੱਲ ਰਹੀ ਹੈ? ਇਸ ਸਕੂਲ ਦੇ ਵਿੱਚ ਸਿਰਫ ਆਰਟਸ ਸਟਰੀਮ ਚੱਲਦੀ ਹੈ ਅਤੇ ਆਰਟਸ ਦੇ ਨਾਲ ਨਾਲ ਵੋਕੇਸ਼ਨਲ ਵਿਸ਼ਿਆਂ ਦੀ ਵੀ ਟ੍ਰੇਨਿੰਗ ਦਿੱਤੀ ਜਾਂਦੀ ਹੈ। ਅਤੇ ਸਰ, ਅਧਿਆਪਕਾਂ ਦੀ ਗਿਣਤੀ ਕਿੰਨੀ ਇਸ ਸਕੂਲ ਦੇ ਵਿੱਚ? ਅਧਿਆਪਕਾਂ ਦੀ ਗਿਣਤੀ 17 ਹੈ, ਉਸ ਤੋਂ ਬਿਨਾਂ 1 SLA ਅਤੇ 2 ਦਰਜਾ 4 ਕਰਮਚਾਰੀ ਹਨ। ਦੋਸਤੋ, ਜਿਵੇਂ ਤੁਸੀਂ ਜਾਣਦੇ ਹੋ ਕਿ 21ਵੀਂ ਸਦੀ ਦਾ ਜਿਹੜਾ ਯੁੱਗ ਹੈ ਇਹ ਕੰਪਿਊਟਰ ਦਾ ਯੁੱਗ ਹੈ,
ਤਾਂ ਇਸ ਸਕੂਲ ਦੀ ਅਸੀਂ ਸ਼ਾਨਦਾਰ ਜਿਹੜੀ ਕੰਪਿਊਟਰ ਲੈਬ ਹੈ ਇਹਦੇ ਵਿੱਚ ਅਸੀਂ ਪਹੁੰਚ ਚੁੱਕੇ ਹਾਂ ਅਤੇ ਸਾਡੇ ਨਾਲ ਜੁੜ ਚੁੱਕੇ ਨੇ ਇਸ ਲੈਬ ਦੇ ਇੰਚਾਰਜ ਸਰ ਜਗਦੀਪ ਸਿੰਘ ਜੀ ਅਤੇ ਸਰ ਲਲਿਤ ਕੁਮਾਰ ਜੀ। ਸਰ ਤੁਹਾਡਾ ਸਾਡੇ ਪ੍ਰੋਗਰਾਮ ਪਹਿਲਾਂ ਤਾਂ ਸਾਡਾ ਸਕੂਲ ਸਾਡਾ ਮਾਣ ਦੇ ਵਿੱਚ ਤੁਹਾਡਾ ਸਵਾਗਤ ਹੈ। ਤੁਹਾਡਾ ਜੀ ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਸਵਾਗਤ ਜੀ ਜੋ ਤੁਸੀਂ ਇੱਥੇ ਕਵਰੇਜ ਕਰਨ ਦੇ ਲਈ ਆਏ ਜੀ ਸਾਡੇ ਸਕੂਲ ਦੀ। ਸਰ ਜੇ ਮੈਂ ਗੱਲ ਕਰਾਂ ਇੱਥੇ ਇਸ ਲੈਬ ਦੇ ਬਾਰੇ ਮੈਂ ਜਾਣਨਾ ਚਾਹਾਂ ਤਾਂ ਇਸ ਸਕੂਲ ਦੀ ਜਿਹੜੀ ਹੈ ਲੈਬ ਹੈ ਤੁਹਾਡੀ ਕੰਪਿਊਟਰ ਲੈਬ, ਇਹਦੇ ਵਿੱਚ ਕਿੰਨੇ ਕੰਪਿਊਟਰਾਂ ਦੀ ਗਿਣਤੀ ਹੈ? ਹਾਂਜੀ, ਇਸ ਦੇ ਵਿੱਚ ਇਸ ਟਾਈਮ 24 ਕੰਪਿਊਟਰ ਨੇ ਜੀ, 24 ਵਰਕਿੰਗ ਨੇ ਜੀ, ਅਤੇ ਵਧੀਆ ਇਹ ਖੁੱਲ੍ਹਾ ਹਵਾਦਾਰ ਰੂਮ ਹੈ ਜੀ। ਲੈਬ ਦੀ ਬਿਜਲੀ ਵਗੈਰਾ ਦੀ ਬਿਲਕੁਲ ਪੂਰੀ ਫੈਸਿਲਿਟੀ ਹੈ, ਸਭ ਕੁਛ ਦੀ ਜੀ। ਇੱਥੇ ਬੱਚੇ ਬਹੁਤ ਵਧੀਆ ਤਰੀਕੇ ਦੇ ਨਾਲ, ਬਹੁਤ ਉਤਸ਼ਾਹ ਦੇ ਨਾਲ ਆ ਕੇ ਇੱਥੇ ਪ੍ਰੈਕਟੀਕਲ ਕਰਦੇ ਨੇ ਜੀ। ਠੀਕ ਹੈ, ਇਹ ਸਾਨੂੰ ਸਰ ਇਸ ਕੰਪਿਊਟਰ ਲੈਬ ਦੇ ਬਾਰੇ ਸਰ ਨੇ ਦੱਸਿਆ ਗਾ। ਤਾਂ ਇਸ ਲੈਬ ਦੇ ਬਾਰੇ ਥੋੜ੍ਹਾ ਹੋਰ ਜਾਣਨ ਦੇ ਲਈ ਅਸੀਂ ਸਰ ਲਲਿਤ ਕੁਮਾਰ ਜੀ ਨੂੰ ਕੁਛ ਨਾ ਕੁਛ ਸਵਾਲ ਪੁੱਛਦੇ ਹਾਂ। ਅਤੇ ਸਰ ਤੁਸੀਂ ਸਾਨੂੰ ਇਸ ਲੈਬ ਦੇ ਬਾਰੇ ਹੋਰ ਕੀ ਜਾਣਕਾਰੀ ਦਿਓਗੇ? ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ। ਧੰਨਵਾਦ ਸਰ ਜੀ। ਤੁਸੀਂ ਕੰਪਿਊਟਰ ਦੇ ਬਾਰੇ ਜੋ ਪੁੱਛਣਾ ਚਾਹੁੰਦੇ ਹੋ, ਸਭ ਤੋਂ ਪਹਿਲਾਂ ਤਾਂ ਤੁਹਾਨੂੰ ਪਤਾ ਹੀ ਹੈ ਜਿਹੜਾ ਅੱਜ ਕੱਲ੍ਹ ਦੀ ਜਿਹੜੀ ਯੁੱਗ ਹੈ ਆਈ ਟੀ ਦਾ ਯੁੱਗ ਹੈ, ਇਨਫੋਰਮੇਸ਼ਨ ਟੈਕਨੋਲੋਜੀ ਜਿਹੜੀ ਆਪਾਂ ਕਹਿੰਦੇ ਹਾਂ, ਸੂਚਨਾ ਟੈਕਨੋਲੋਜੀ ਦਾ ਕੀ ਇਹ ਯੁੱਗ ਹੈ। ਹਾਂਜੀ ਸਰ। ਜਿਸ ਤੋਂ ਬਗੈਰ ਤੁਸੀਂ ਹਰ ਇੱਕ ਖੇਤਰ, ਕਿਸੇ ਵੀ ਮਨੋਰੰਜਨ ਦੇ ਚਲੇ ਜਾਓ, ਤੁਸੀਂ ਵਿੱਦਿਅਕ ਅਦਾਰੇ 'ਚ ਚਲੇ ਜਾਓ, ਕਿਸੇ ਸਰਕਾਰੀ ਦਫ਼ਤਰ ਦੇ ਵਿੱਚ ਚਲੇ ਜਾਓ, ਤੁਹਾਨੂੰ ਇਸ ਦੀ ਕੀ ਜ਼ਰੂਰਤ ਪੈਂਦੀ ਹੈ। ਜਿਵੇਂ ਕਿ ਆਪਾਂ ਇੰਟਰਨੈਟ ਨੂੰ ਦੇਖਿਓ, ਅੱਜ ਕੱਲ੍ਹ ਜਿਹੜਾ ਯੁੱਗ ਹੈ ਜਾਂ ਕੋਈ ਬੱਚਾ ਕੋਈ ਵੀ ਯੂਜ਼ਰ ਹੈ ਤਾਂ ਕਿ ਕੋਈ ਵੀ ਇਸ ਨੂੰ ਇਸ ਤੋਂ ਬਗੈਰ ਕੀ ਹੈ ਰਹਿ ਨਹੀਂ ਸਕਦਾ। ਜਿਵੇਂ ਇਸ ਤੋਂ ਪਹਿਲਾਂ ਟੈਕਨੋਲੋਜੀ ਸੀ, ਜਨਰੇਸ਼ਨ ਸੀ 3G ਜਨਰੇਸ਼ਨ ਸੀ, ਤਾਂ ਹੁਣ ਅੱਜ ਕੀ ਹੈ 4G ਤੁਸੀਂ ਦੇਖ ਰਹੇ ਹੋਗੇ। ਤਾਂ ਹਰ ਇੱਕ ਨੂੰ ਕੀ ਹੈ, ਜੇ ਇੱਕ ਦਿਨ ਦੇ ਲਈ ਵੀ ਨੈੱਟ ਦੀ ਕੋਈ ਇੰਟਰਪਸ਼ਨ ਆਉਂਦੀ ਹੈ, ਰੁਕਾਵਟ ਆਉਂਦੀ ਹੈ, ਤਾਂ ਉਸ ਦੇ ਵਿੱਚ ਕੀ ਹੈ ਸਾਰਾ ਜਿਹੜਾ ਸਿਸਟਮ ਆਪਣਾ ਰੁਕ ਜਾਂਦਾ ਹੈਗਾ। ਤਾਂ ਇਸ ਤੁਹਾਨੂੰ ਪਤਾ ਹੀ ਹੈ, ਜਿਵੇਂ ਅਸੀਂ ਲੈਬ ਦੇ ਵਿੱਚ ਬੱਚਿਆਂ ਨੂੰ ਥਰੈਟੀਕਲ ਦੇ ਵਿੱਚ ਜਿਹੜੇ ਹਫ਼ਤੇ ਦੇ ਵਿੱਚ 2 ਪੀਰੀਅਡ ਹੁੰਦੇ ਨੇ ਅਤੇ 3 ਪੀਰੀਅਡ ਕੀ ਇਹਨਾਂ ਦੇ ਪ੍ਰੈਕਟੀਕਲ ਲੱਗਦੇ ਨੇ, ਜਿਸ ਦੇ ਵਿੱਚ ਵੱਖ ਵੱਖ ਉਹਨਾਂ ਨੂੰ ਸਬਜੈਕਟ ਦੇ ਵਿਸ਼ੇ ਬਾਰੇ ਪਹਿਲਾਂ ਤੁਹਾਨੂੰ ਦੱਸਿਆ ਜਾਂਦਾ। ਉਸ ਤੋਂ ਜਿਹੜੇ ਐਕਸਟਰਾ ਐਕਟੀਵਿਟੀਜ਼ ਨੇ, ਜਿਵੇਂ ਉਹਨਾਂ ਨੂੰ ਆਪਾਂ ਈਮੇਲਸ ਭੇਜਣਾ ਵਗੈਰਾ ਦੱਸ ਸਕਦੇ ਹਾਂ ਕਿ ਕਿਸ ਤਰ੍ਹਾਂ ਉਹਨਾਂ ਨੂੰ ਆਪਾਂ ਇੱਕ ਦੂਜੇ ਤੋਂ ਜਿਹੜੇ ਦੂਸਰੇ ਦਾ ਸੰਦੇਸ਼ ਭੇਜਣਾ ਹੈ, ਕਿ ਜਿਹੜੀ ਅੱਜ ਕੱਲ੍ਹ ਇੰਸਟੈਂਟ ਮੈਸੇਜਿੰਗ ਹੈ, ਚੈਟਿੰਗ ਹੋ ਰਹੀ ਹੈਗੀ, ਉਹ ਕਿਸ ਤਰ੍ਹਾਂ ਹੁੰਦੀ ਹੈ, ਉਹਦੇ ਕੀ ਰੂਲਜ਼ ਨੇ, ਆਪਣੇ ਨਿਯਮਸ ਹੁੰਦੇ ਨੇ ਕੁਝ ਨਾ ਕੁਝ ਆਪਾਂ ਗੱਲਾਂ ਕਰਦੇ ਹਾਂਗੇ, ਜਾਂ ਤੁਹਾਨੂੰ ਪਤਾ ਆਪਾਂ ਇੱਕ ਦੂਜੇ ਨਾਲ ਜਿਹੜੀ ਚੈਟਿੰਗ ਕਰਦੇ ਹਾਂਗੇ ਕਿਸ ਵਿਸ਼ੇ 'ਤੇ ਕਰਦੇ ਹਾਂ, ਉਸ ਦੇ ਬਾਰੇ ਆਪਾਂ ਜਾਣਨਾ ਚਾਹੁੰਦੇ ਹਾਂ। ਅਤੇ ਆਪਾਂ ਨਾਲ ਨਾਲ ਕੀ ਹੈ, ਜਿਵੇਂ ਤੁਸੀਂ ਦੇਖਦੇ ਹੋ ਹਰ ਇੱਕ ਖੇਤਰ ਦੇ ਵਿੱਚ ਪਹਿਲਾਂ ਤਾਂ ਇੱਕ ਪ੍ਰੀ ਐਗਜ਼ਾਮ ਹੁੰਦਾ ਹੈਗਾ, ਪ੍ਰੀਲਿਮਨਰੀ ਐਗਜ਼ਾਮ ਹੁੰਦਾ ਹੈ, ਉਸ ਤੋਂ ਇੱਕ ਮੇਨ ਐਗਜ਼ਾਮ ਹੁੰਦਾ ਹੈ। ਤਾਂ ਇਸ ਤਰ੍ਹਾਂ ਜਿਹੜੀ ਗੌਰਮੈਂਟ ਨੇ, ਸਰਕਾਰ ਨੇ ਕੀ ਕੀਤਾ ਜੀ, ਉਸ ਨੂੰ ਸ਼ੋਰਟ ਕਰਨ ਦੇ ਲਈ, ਫਿਲਟਰ ਕਰਨ ਦੇ ਲਈ ਹੋਰ ਇੱਕ ਟਾਈਪਿੰਗ ਟੈਸਟ ਰੱਖਿਆ ਗਿਆ, ਜਿਸ ਨੂੰ ਅਸੀਂ ਦੇਖਦੇ ਹੋਏ ਬੱਚਿਆਂ ਨੂੰ ਇੱਕ ਟਾਈਪਿੰਗ ਦੇ ਬਾਰੇ ਥੋੜ੍ਹਾ ਜਿਹਾ ਹੋਰ ਉਹਨਾਂ ਨੂੰ ਨੌਲੇਜ ਦਿੰਦੇ ਹਾਂ। ਪਹਿਲਾਂ ਕੀ ਸੀ ਆਪਣੇ ਜੀ ਅਸੀਸ ਫੋਨ ਚੱਲਦਾ ਸੀ, ਹੁਣ ਰਾਵੀ ਫੋਨ ਜਿਹਨੂੰ ਆਪਾਂ ਯੂਨੀਕੋਡ ਫੋਨਟ ਦੇ ਵਿੱਚ ਆਪਾਂ ਚੇਂਜ ਕੀਤਾ ਗਿਆ, ਤਾਂ ਉਸ 'ਤੇ ਕੀ ਇੱਕ ਟਾਈਪਿੰਗ ਬਾਰੇ ਦੱਸਿਆ ਜਾਂਦਾ ਹੈ। ਹੁਣ ਜਿਵੇਂ ਤੁਸੀਂ ਜਾਣਦੇ ਹੋ, ਕਰੋਨਾ ਦੀ ਜਿਹੜੇ ਮਹਾਂਮਾਰੀ ਦੇ ਦੌਰਾਨ ਜਿਹੜੇ ਬੱਚੇ ਕੀ ਆ ਔਨਲਾਈਨ ਸਟੱਡੀ ਕਰ ਰਹੇ ਨੇ, ਉਹਨਾਂ ਦੇ ਵੱਖ ਵੱਖ ਉਹਨਾਂ ਨੂੰ ਜੂਮ ਮੀਟਿੰਗਸ ਦੇ ਰਾਹੀਂ ਉਹਨਾਂ ਨੂੰ ਸੈਸ਼ਨ ਲਗਾਏ ਜਾਂਦੇ ਨੇ, ਅਤੇ ਇੱਕ ਗੂਗਲ ਫੋਮਸ ਜਿਹੜਾ ਕਿਊਜ਼ ਫੋਮ ਹੈ ਉਹਨਾਂ ਬਾਰੇ ਇਹਨਾਂ ਨੂੰ ਸਮਝਾਇਆ ਜਾਂਦਾ, ਅਤੇ ਜਿਸ ਦੇ ਰਿਗਾਰਡਿੰਗ ਬੱਚੇ ਬਹੁਤ ਵਧੀਆ ਜਿਹੜੀ ਸਿੱਖ ਰਹੇ ਨੇ। ਸਰ ਜਿਵੇਂ ਸਾਨੂੰ ਕੀ ਦੱਸਿਆ ਗਿਆ ਸੀਗਾ ਕਿ ਤੁਸੀਂ ਇੱਕ ਆਈ ਟੀ ਟ੍ਰੇਨਰ ਜਿਹੜੇ ਇੱਥੇ ਨਿਯੁਕਤ ਹੋਏ ਹੋ, ਅਤੇ ਸਰ ਤੁਸੀਂ ਕੰਪਿਊਟਰ ਲੈਬ ਤੋਂ ਹਟ ਕੇ ਕੀ ਕੁਛ ਕਰਾ ਰਹੇ ਹੋ? ਜਿਵੇਂ ਤੁਹਾਨੂੰ ਪਤਾ ਹੀ ਹੈ ਸਭ ਤੋਂ ਪਹਿਲਾਂ ਕਿ ਜਿਹੜਾ ਗੌਰਮੈਂਟ ਹੈ, ਜਿਹੜਾ ਆਪਣੇ ਪੰਜਾਬ ਸਰਕਾਰ ਦੁਆਰਾ ਜਿਹੜਾ NSQ ਪ੍ਰੋਜੈਕਟ ਚੱਲਿਆ ਹੈ, ਅਤੇ ਹਰ ਇੱਕ ਸਕੂਲ ਦੇ ਵਿੱਚ ਕੀ ਹੈ, ਸੈਕੰਡਰੀ ਸਕੂਲ ਦੇ ਵਿੱਚ ਦੋ ਦੋ ਜਿਹੜੀਆਂ ਸਟਰੀਮ ਜਿਹੜੀਆਂ ਚਲਾ ਰਹੇ ਨੇ, ਕੋਰਸ ਚਲਾ ਰਹੇ ਨੇ, ਜਿਵੇਂ ਆਪਣੇ ਇੱਥੇ ਕੀ ਇੱਕ IT ਇਨਫੋਰਮੇਸ਼ਨ ਟੈਕਨੋਲੋਜੀ ਅਤੇ ਇੱਕ ਨਿੱਜੀ ਸੁਰੱਖਿਆ ਕੋਰਸ ਚੱਲ ਰਿਹਾ ਹੈਗਾ ਇਸ ਟਾਈਮ, ਜਿਸ ਦੇ ਵਿੱਚ ਕੀ ਹੈ ਅਸੀਂ ਮੰਥਲੀ ਕੀ ਗੈਸਟ ਲੈਕਚਰ ਕਰਵਾਏ ਜਾਂਦੇ ਨੇ ਵੱਖ ਵੱਖ ਐਕਸਪਰਟ ਦੁਆਰਾ, ਅਤੇ ਸੈਕੰਡਲੀ ਕੀ ਹੈ ਕੁਆਟਰਲੀ ਉਹਨਾਂ ਨੂੰ ਇੱਕ ਵਿਜ਼ਿਟ ਕਰਵਾਈ ਜਾਂਦੀ ਹੈ, ਫੀਲਡ ਵਿਜ਼ਿਟ ਦੇ ਵਿੱਚ ਜਾ ਕੇ ਉਹਨਾਂ ਨੂੰ ਉਸ ਟੈਕਨੋਲੋਜੀ ਜਿਹੜੀ ਚੱਲ ਰਹੀ ਅੱਜ ਦੇ ਯੁੱਗ ਦੇ ਉਸ ਦੇ ਬਾਰੇ ਜਾਣੂ ਕਰਵਾਇਆ ਜਾਂਦਾ, ਅਤੇ ਉਹਨਾਂ ਨੂੰ ਕੀ ਲਾਈਵ ਜਿਹੜੀ ਜਾਣਕਾਰੀ ਪ੍ਰਾਪਤ ਹੁੰਦੀ ਹੈ ਕਿ ਜਿਸ ਦੇ ਰਿਗਾਰਡਿੰਗ ਬੱਚੇ ਕੀ ਹੈ ਹੋਰ ਧਿਆਨ 'ਚ ਰੱਖਦੇ ਨੇ, ਅਤੇ ਉਹਨਾਂ ਨੂੰ ਅੱਗੇ ਜਾ ਕੇ ਆਪਣੇ 4 ਲੈਵਲਸ ਨੇ ਇਸ ਦੇ ਵਿੱਚ, 9th ਦੇ ਵਿੱਚ 1st ਲੈਵਲ ਹੈ, 10th ਵਿੱਚ 2nd ਲੈਵਲ ਹੈ, ਅਤੇ ਆਪਣੇ 11th ਵਿੱਚ ਲੈਵਲ 3 ਹੈ, ਅਤੇ 12th ਦੇ ਵਿੱਚ ਕੀ ਹੈ ਲੈਵਲ 4 ਹੈ, ਅਤੇ ਉਸ ਤੋਂ ਬਾਅਦ ਕੀ ਜਿਹੜੇ ਬੱਚੇ ਉਹਨਾਂ ਨੂੰ ਇੱਕ ਪਲੇਸਮੈਂਟ ਦੇ ਲਈ ਉਹਨਾਂ ਨੂੰ ਭੇਜਿਆ ਜਾਂਦਾ ਗਾ, ਜਿਸ ਦੇ ਬਾਅਦ ਜਿਵੇਂ ਤੁਹਾਨੂੰ ਪਤਾ ਹੈ ਪੰਜਾਬ ਸਰਕਾਰ ਦੁਆਰਾ ਕੀ ਹੈ ਘਰ ਘਰ ਰੁਜ਼ਗਾਰ ਇਹਨਾਂ ਨੇ ਸਕੀਮ ਚਲਾਈ ਹੋਈ ਹੈ ਕਿ ਹਰ ਇੱਕ ਜਿਹੜਾ ਬੱਚਾ ਹੈ ਇੱਕ ਸੈਲਫ ਰੁਜ਼ਗਾਰ ਅਵੇਲ ਹੋ ਜਾਏ। ਤੁਹਾਨੂੰ ਪਤਾ ਹੈਗਾ ਇਸ ਮਹਿੰਗਾਈ ਦੇ ਜ਼ਮਾਨੇ ਦੇ ਵਿੱਚ ਕੀ ਹੈ, ਤਾਂ ਘੱਟੋ ਘੱਟ ਜਿਹੜੀ ਸੈਲਫ ਜਿਹੜੀ ਸਕਿੱਲਜ਼ ਨੇ ਉਹ ਹੋਣੀਆਂ ਜ਼ਰੂਰੀ ਨੇ ਬੱਚੇ ਕੋਲ, ਤਾਂ ਉਸ ਦੇ ਰਿਗਾਰਡਿੰਗ ਕੀ ਹੈ ਇਹਨਾਂ ਚੀਜ਼ਾਂ ਬਾਰੇ ਜਾਣੂ ਕਰਵਾ ਕੇ ਅਸੀਂ ਇਹਨਾਂ ਦੇ ਜਿਹੜੀ ਹੈ ਹੋਰ ਟ੍ਰੇਨਿੰਗਸ ਦੇ ਕੇ ਇਹਨਾਂ ਨੂੰ ਟ੍ਰੇਨਡ ਕੀਤਾ ਜਾ ਰਿਹਾ ਹੈਗਾ, ਅਤੇ ਇਸ ਦੇ ਰਿਗਾਰਡਿੰਗ ਅਸੀਂ ਇਹਨਾਂ ਨੂੰ ਕੀ ਹੈ ਇੱਕ ਟੈਕਨੋਲੋਜੀ ਬਾਰੇ ਅਤੇ ਇੱਕ ਜਿਹੜੀ ਵਾਤਾਵਰਨ ਆਪਾਂ ਨੇ ਇੱਕ ਪਰਸਨੈਲਿਟੀ ਜਿਹੜੀ ਡਿਵੈਲਪਮੈਂਟ ਹੁੰਦੀ ਹੈ ਇਹਨਾਂ ਦੇ ਬੱਚਿਆਂ ਦੀ ਐਜ ਏ ਪ੍ਰੋਫੈਸ਼ਨਲ
बहुत बहुत धन्यवाद सर दा, सानू बहुत वधिया सर ने जाणू करवाया कि बड़ी खुशी हुंदी है सानू ये सुन के कि सर एक सैल्फ जिहड़ा विद्यार्थियों उन्हां नू सैल्फ डिपेंड होण दे उत्ते भी जिहड़ा कोशिशां कर रहे ने, जिवें कि इस जानकारी जिहड़े सर ने दित्ती है इस लैब दे बारे, ते सर ने सानू कुछ हट के भी दस्या गा कि असीं जिहड़े विद्यार्थियों नू आ उन्हां नू आत्म निर्भर करन दे लई कि उह अपना कल नू प्राइवेट जिहड़ा कम आ उह भी शुरू कर सकन, इस दे लई कि उह नए कैफे खोल सकते आ कितें डाटा प्रिंटर का कम कर सकते हैं। जिवें कि आपां नू पता ही है अज दे दिन पंजाब दा सभ्याचार अलोप हुंदा जा रहा, बिल्कुल जी, तो इस सांभ संभालण का एको ही स्रोत है जो कि ने विद्यक संस्थावां जी, बिल्कुल जी सर। आप इस विद्यक संस्थावां सरकारी सैकेंडरी स्कूल रामगढ़ शाहपुरी की गल करिए, हाँ जी, तो सर इस स्कूल दे विच की साहित्यक अते सभ्याचारक गतिविधियां चल रही ने? सर बहुत सोहना सवाल किया तुसीं, जिस तरह के देखो अजकल मीडिया ने जी, इंटरनेट ने जी, जां पंजाब दे लोकां दी सोच ने जी, वो लगातार अपने पंजाबी सभ्याचार तो दूर हुंदे जा रहे ने जी, तो इत्थे जरूरत है कि आपां लोकां नू मनो भी जी, ते तनो भी उन्हां नू पंजाबी सभ्याचार नाल जोड़िए। इस खेत्र दे विच जिहड़े सरकारी स्कूल ने, जिथों तक सरकारी स्कूलों की मैं गल कर रहा, बहुत वधिया भूमिका निभा रहे हैं जी। जिथों तक सभ्याचारक गतिविधियां का सवाल है जी, जेकर मैं रामगढ़ शाहपुरी स्कूल की गल करा, वख वख जिहड़े मुकाबले ने, जिस तरह के इंटर हाउस असी बच्चों के कराने हैं, स्कूल के छे हाउस असी बनाए हुए ने, पूरे बच्चों असी छे हाउसों के वंडिया होएगा, कोई भी मुकाबला कराने, मान लो कविता उचारण का मुकाबला करा रहे हैं, कोई श्री गायन का करा रहे हैं, वार गायन का करा रहे हैं, जो होर भी कोई सभ्याचारक गतिविधि करा रहे हैं, उन्हों इंटर हाउस करवाने हैं ताकि जिहड़े विद्यार्थी ने वध चढ़ के पूरे उत्साह दे नाल उहदे विच भाग लै सकन। वो प्रोग्राम करवाउण दा साडा मकसद जिथों तक बच्चों नू साहित नाल जोड़ना है गा जी, उदे नाल नाल बच्चों नू अपने सभ्याचार की जानकारी देनी, अपने सभ्याचार तो जाणू करवाना, क्योंकि किते ना किते आपां अपने सभ्याचार दे विच्चों सभ्याचार तो बेमुख होंदे जा रहे हैं। सभ्याचार हुण अपने सिर्फ गीतां च ही रह गया, जां इह मान लो कल्ला स्टेजां तक ही सीमित हो के रह गया, असल दे विच अपना जिहड़ा पंजाबी सभ्याचार है वह किते ना किते पछमी सभ्याचार की गड़ुच दे विच आ गया, जां कह लो मुठ्ठी दे विच बंद हो चुका है जी। तो सर आप गल करिए जिवें तुसीं दस्या भी तां जो बच्चे उत्साह दिखाउणा, जे आप गल करिए बच्चे इस प्रोग्रामां दे विच किन्ना उत्साह दिखाउंदे ने जी, जिथों तक असीं कोई भी मुकाबला करवाउने जी बच्चों का जी, उदाहरण के तौर पर आपां फैंसी ड्रैस का करवा लिया, ये सभ्याचार की बहुत वधिया एक आइटम असीं इस नूं मनदे हां। फैंसी ड्रैस का मतलब कि जिहड़े बच्चों नूं अवार्ड दे दिते जांदे आ, कि मान लो किसी ने किसान बन के दिखाना है, किसी ने पंजाबी पहरावे की पेशकारी करनी है, कोई आर्मी मैन बन सकता है, वो पंजाबी सभ्याचार नू सिर जिउंदा रखण वास्ते ही असी इस तरह के जिहड़े फंक्शन हैगे करवाउंदे हैं, क्योंकि जिहड़े स्टेज के उपर आप जो बच्चों देखते हो वख वख पंजाबी पहरावे दे विच आउंदे ने, एक छोटी जी लड़की पूरे पंजाबी गहनों दे विच पूरे पंजाबी पहरावे दे विच स्टेज के उपर अपना मंचन करती है। जेकर मैं उदाहरण देवां कि मान लो बहुत सारे बच्चों ये नहीं पता होगा कि सग्गी फुल की हुंदा है, हाँ जी, पर जदों पहरावे दे विच एक लड़की इत्थे अपने सिर ते सग्गी फुल पहन के आउंदी है, तो मेरा ख्याल सारे बच्चों बड़े आराम दे नाल पता लग जांदा है कि पंजाबी सभ्याचार की है, आपां उहदे नाल किस तरह जुड़ना है। जिवें कि सर ने दस्या भी अलग अलग आइटमों के राही, हाँ जी, ये बच्चों नू जाणू करवा रहे हैं, ये स्कूल की एक बहुत ही सोहनी कोशिश है, हाँ जी, कि इन्होंने पंजाबी सभ्याचार नू बहुत ही सोहने तरीके संभालने की कोशिश की है, ता जो हर एक बच्चे नू पता लग जाए कि साडा पहला सभ्याचार की सीगा, ठीक है जी, ठीक है जी। तो इस स्कूल की एक बहुत सोहनी कोशिश है दोस्तों, जिवें कि तुहानू असीं दस रहे हैं कि इस स्कूल दे विच जिहड़ा वाला वर्क आ उह भी करवाया जांदा गा, इस वाला वर्क की जानकारी देने लई साडे नाल जुड़ चुके ने इस स्कूल दे इंग्लिश दे लैक्चरर भी ने सर निर्मल सिंह जी। सर तुहाडा साडे इस चैनल दे प्रोग्राम साडा स्कूल साडा मान दे विच पहला तां स्वागत है। धन्यवाद जी। सर जे मैं इस वाला वर्क की जानकारी तुहाडे तों लवां तां इहदा की कंसैप्ट आ सर? सर पंजाब स्कूल सिक्ख्या विभाग वल्लों पिछले समें दे विच वाला वर्क का कंसैप्ट है जिहड़ा स्कूलों दे विच शुरू किया गया, उस दे अनुसार जो स्कूल की बिल्डिंग है उसनूं एक टीचिंग एड दे तौर ते सिखण दे साधन वजों वरत्या जाणा, जो स्कूल दीआं वख-वख दीवारां ने वख-वख बरांडे दे पिल्लर ने जां छत्तां ने जां होर जगह ने
उन्हां जगह ते वख-वख विषयां दे जो कंसैप्ट ने वह क्लीयर किए जा रहे हैं। जिवें मेरे पिछे तुसीं देख रहे हो एक पिलर दे उत्ते रुत्तां संबंधी कंसैप्ट है जिहड़ा वह क्लीयर किया गया। देसी महीने जिहड़े है वह दर्शाए गए हैं। उस तो बाद जिहड़ियां साडियां वख-वख रुत्तां ने पतझड़ सर्दी बसंत बहार गर्मी सावन सारियां रुत्तां नूं दर्शाया गया। फिर अंग्रेजी महीने जिस तरह जनवरी फरवरी दे हिसाब नाल दर्शाए गए हैं ते किस महीने दे विच किन्ने दिन हुंदे ने, मतलब कि रुत्तां संबंधी पूरे का पूरा जो कंसैप्ट है वह इस बोर्ड तो क्लीयर हो जाता। इस तरह वख-वख जगह पर वख-वख विषयां दे जो कंसैप्ट ने वह क्लीयर किए जाते हैं। इसनों बाला वर्क का नाम दिता जाता। सर ने सानू बहुत बहुत जी जानकारी है वह दी है इस पिलर के उत्तों सूँ जो रुत्तों के बारे जी जानकारी मिलती है। सर जे मैं गल करा इस स्कूल के जो वाला वर्क है इनू किमें लागू किया गा? असी स्कूल दे विच बाला वर्क करन दे लई पिछले समय दे विच सिक्ख्या विभाग वालों जो स्कूलों समार्ट स्कूल बनाए गए कुछ तो विभाग वालों बनाए गए तो कुछ स्कूलों सैल्फ अपने तौर पर समार्ट स्कूल बनाउन दा जो टीचा वह मिथ्या गया। तो उस दे विच असी वख-वख जो साडियां पंचायतां ने जिहड़े पिंडां दे बच्चे इत्थे पढ़न आउंदे ने उन्हां पिंडां दीआं पंचायतां उत्थों दे जो पतवंते लोग ने दानी सज्जन ने ते साडे स्कूल दी जो मैनेजमेंट कमेटी है उन्हां सारयां दे सहयोग दे नाल उन्हां सारयां तों जो राशि है इकट्ठी करके असी स्कूल नूं रंग रोगन करवाया अते समार्ट स्कूल दी दिख है जिहड़ी उह असी दित्ती। उस तों बाद असी स्कूल दे विच वख-वख जगह ते जो भी पिलर ने जां वख-वख दीवारां ने उन्हां दे उत्ते वख-वख विषयां दे जो कंसैप्ट सी वो क्लीयर किए ता जो साडे विद्यार्थी इन्हां तों वध तों वध लाभ उठा सकन। इस तरह असी स्कूल दे विच दो विद्यक पार्क ज्ञान रिश्मा विद्यक पार्क भी स्थापित किए ने जिन्हां दे विच एक अंग्रेजी विषय नाल संबंधित पार्क है ते दूसरा यह जिथे आपां खड़े हाँ यह पंजाबी अते हिंदी विषय नाल संबंधित पार्क है। सो इन्हां पार्कां दे राही अते वख-वख स्कूल दियां जो बिल्डिंग है उस दे राही असी यह बाला दा कम है जिहड़ा बाला दा कंसैप्ट है उसनू लागू करन दी कोशिश कीती है। सर जे मैं गल करा कि जदों भी कोई सिक्ख्या विभाग जिहड़ी कोई गतिविधि जां प्रोग्राम शुरू करदा तां उहदा इक एम हुंदा वी बच्चों नू उहदा कोई बेनीफिट मिले, तां जिहड़ा सर इह बाला वर्क दा जिहड़ा तुसीं इह प्रोग्राम जिहड़ा चलाया होया इहदा बच्चों नू कि सर की बेनीफिट है? इस तरह जी ये जो बाला वर्क दा कंसैप्ट चल रहा स्कूलों दे विच इसका मुख्य उद्देश है जिहड़ा यह है कि बच्चों नू जो स्कूल की बिल्डिंग है उस दे राही वध तों वध सीखण दे लई मिले। जिस तरह तुसीं देख रहे हो अपने पिछे बोर्ड है देश पंजाब कविता लिखी हुई है तो जिस तरह बच्चे आउंदे जांदे मतलब कि कविता नू पढ़दे ने तां इह कविता उहनां नू अपने आप ही जबानी याद हो जाती है जां होर जगह ते वख-वख विशां दे जो भी कंसैप्ट लिखे हुए ने तां बच्चे जदों उत्थों दी लंघदे टप्पदे गुजरदे आउंदे जांदे जां स्कूल समय तों बाद भी कई वार बच्चे स्कूल दे विच खेडण दे लई आउंदे ने तां उह जदों कंधां दे उत्ते इस तरह के मतलब कि कंसैप्ट लिखे हुए देखते ने उन्हां नू पढ़ते ने तां अचनचेत ही ये सब गल्लां उन्हां दे माइंड दे विच घर कर जांदियां ने ते बच्चों जिहड़ा सीखण प्रक्रिया उस दे विच सौख हो जाती है। तो इस तरह जो स्कूल की बिल्डिंग है वह एक सीखण सिक्ख्या दे साधन दे वजों लर्निंग एड जिस तरह वख-वख होर लर्निंग एड्स ने नक्शे है कोई होर ग्लोब है उहदी आपां वरतों करदे हाँ उस तरह यह भी एक लर्निंग एड्स दे तौर पर स्कूल की बिल्डिंग है जिहड़ी वह कम करती है। इस करके जिहड़ा यह बाला दा कंसैप्ट है पंजाब स्कूल सिक्ख्या विभाग दे विच शुरू किया गया इस दा विद्यार्थियों नू बहुत वड्डा लाभ हो रहा है अते विद्यार्थी इस तों बहुत ज़्यादा फायदा उठा रहे हैं। जी सर बहुत बहुत धन्यवाद। सर सर ने बहुत वधिया जानकारी दिती कि वाला वर्क दे नाल जिथे जिथे इहड़ियां वाल्ज ने सोहणियां लगदियां उस तरह जो लंघदे टप्पदे विद्यार्थी इन्हां नू संदेशां नू पढ़दे आ तां किते ना किते सिक्ख्या भी छड्ड जांदा इन्हां दा वाला वर्क दा प्रोग्राम। धन्यवाद सर। जिवें कि सियाणे कहिंदे ने सेहत गई तो सब कुछ गया धन गया तो कुछ भी ना गया। बिल्कुल जी। तो हुण साडे नाल इस स्कूल दे फिजिकल अध्यापक सरदार जगदीप सिंह जी जुड़ चुके हैं।
असी इन्हों का स्वागत करते हैं साढ़े प्रोग्राम साडा स्कूल साडा माण दे विच। सर हुण जे आपां इस स्कूल दे विच गल करिए, इस स्कूल दे विच कीड़ियां कीड़ियां स्कूलां दे खेडां दे ग्राउंड ने? साडे कोले सर हैंडबाल का ग्राउंड है जी, इत्थे खो खो का ग्राउंड है जी सर, ते सर्कल कबड्डी का ग्राउंड साडे कोले है जी। हाँ जी सर, इस स्कूल की जिहड़ी मुख गेम, सर इस स्कूल की मुख गेम कीड़ी है जी? सर मुख गेम असी इत्थे जिहड़ी चलदी है हैंडबाल ते खो खो चलदी है बच्चों की जी। हाँ जी, ते सर जे आपां अज तक की गल करिए, इस स्कूल ने अज तक खेडां दे विचों की प्राप्तियां हासिल कीतियां? बिल्कुल जी, जे असी पिछले सैशन की गल करिए जो गर्म रुत्त खेडां हुंदियां ने जी, उस दे विच साढ़े घट्टो घट 15 बच्चे स्टेट खेड के आए नेगे जी। उस तो बाद सर्द रुत्त खेडां जिन्हों असी अथलैटिक्स के इवेंट करवाने आगे जी, उस दे विच साडा स्कूल डिस्ट्रिक्ट दे विच ओवरऑल ट्राफी लैके आया सीगा जी। साढ़े 15 तो लैके 18 बच्चे साढ़े स्टेट गए सीगे जी जी, उन्हां दे विचों एक बच्चा साडा नैशनल खेड के आया गा जी, जिहदा इवेंट सीगा क्रॉस कंट्री 4 किलोमीटर जी। जी सर, जे आपां गल्लां दे सिलसिले नूं अगे जारी रखदे होए हाँ जी गलबात करिए जी, भी सर कई बच्चे होंदे ने जिन्हां दे मन दे विच डर हुंदा है भी मैं गेम नहीं खेड सकदा, तां तुसीं उन्हां बच्चों के मन दे विचों डर कढ़न दे लई की जतन करदे हो? सर देखो जदों कोई भी बच्चा ग्राउंड दे विच नवां आउंदा हैगा, इक उहदे मन दे विच हौआ हुंदा भी मैं पता नहीं कर लूँगा जां नहीं करदा है ना, पर जिवें जिवें असीं उस दी प्रैक्टिस नूं जारी रखदे हां तां उह बच्चा अपने आप ही जो उहदे मन दे विच किसे भी किस्म दा वहम हुंदा उह दूर हो जांदा हैगा, उह गेम दे विच जिवें जिवें परिपक्व हुंदा जांदा है तां उहदे मन दा डर भी दूर हुंदा जांदा है जी। जी बहुत ही चंगा लग्गिया सर तों जाण के इस स्कूल दीआं खेडां दे बारे, ते जिवें कि सर ने दस्सिया भी इस स्कूल के जिहड़े बच्चे आ बहुत ही ज़्यादा प्राप्तियां हासिल करते हैं, विद्या के नाल नाल पढ़ाई के नाल नाल इस स्कूल खेडां दे विच भी बहुत ज़्यादा तरक्कियां हासिल कर रहे हैं, ते असी परमात्मा अगे ही अरदास करते हैं इह स्कूल हर खेत्र दे विच दिन दुगनी अते रात चौगुनी तरक्की करे। सर एक गल होर सी नाल, साढ़े जो गेम आ उह कंटिन्यू चलती है जी, असी मतलब 1 अप्रैल तो सैशन स्टार्ट हुंदे ही जी गेम स्टार्ट कर दिंदे हाँ गे, जो कि स्कूल टाइम तो बाद शाम नू 4 to 7 बजे तक मैं खुद इत्थे हुन्ना बच्चों की प्रैक्टिस करवाउने आ, ते पूरा साल जो ये प्रैक्टिस है लगातार चलती रहिंदी है जी, ते बच्चे भी उहदे विच बड़ा इंट्रस्ट लैंदे ने, ते नतीजे ने जो तुहाडे सामने ने जी वो सारे जी। हाँ जी जिवें सर ने दस्सिया भी खुद भी ये ज़्यादा बहुत ज़्यादा मेहनती ने, क्योंकि बच्चों के नाल स्कूल टाइम तो बाद भी इत्थे आपदा जिहड़ा बच्चों के नाल टाइम स्पेंड करते हैं। धन्यवाद। थैंक यू जी। दोस्तों हुण साडे नाल जुड़ चुके ने इको क्लब दे इंचार्ज सर जसवीर सिंह जी। सर तुहाडा साडे प्रोग्राम साडा स्कूल साडा माण दे विच पहला तां स्वागत है। धन्यवाद जी। जिवें कि दोस्तों तुसीं जाणदे हो कि इक जिहड़ा वधिया वातावरण आ जिहड़ा उह वी होणा मनुख दे लई जरूरी है। सर जे मैं तुहाडे तों पुछां तां जिहड़ा इह इको क्लब दा तुहाडा मंतव है जां इहदे विच तुहाडा जिहड़ा वातावरण तुसीं इन्ना वधिया साफ रख्या है इहदे विच तुहाडा की योगदान है? साडे स्कूल दे विच साडे स्कूल दे बहुत ही सत्कारयोग प्रिंसीपल सरदार गुरमीत सिंह जी सिद्धू की अगवाई दे विच सुरखाव इको क्लब चल रहा है, जिस दे तहत असीं हर साल वन महोत्सव मनाउने आ, उस दे तहत हर साल पौधे जिथे स्कूल दे कंपलैक्स दे विच लगाए जांदे आ उत्थे स्कूल तो बाहर ते पिंड दीआं वेहलियां थावां ते भी लगाए जांदे आ, बच्चों नूं ते अध्यापकों नूं प्रेरित किया जांदा है उन्हां नूं भी अपने घर जां अपने खेत जां जिथे भी उन्हां नूं खाली थां मिलदी है उत्थे लगाउण लई पौधे दित्ते जांदे आ, तां कि साडा जिहड़ा आला दुआला है जिहड़ा साडा वातावरण गंदला हो रिहा जां कार्बन डाइआक्साइड की मात्रा वध रही है उस नूं कंट्रोल किया जा सके। सर जिहड़ा वातावरण है इहनूं साफ सुथरा रखण दे लई तुसीं अपने इको क्लब वल्लों तां जिहड़ा उपराला करदे हो, पर जे मैं पुछां भी इत्थों दी जिहड़ी पंचायत आ इस पिंड दी इह स्कूल दे विच जिहड़ा तुसीं इको क्लब चलाया इहनूं भी कोई योगदान दिंदे आ? हाँ जी, ये प्रति सानू पिंड दी पंचायत वालों बच्चों के पेरेंट्स वालों बहुत सारा सहयोग मिलता है, इस दे तहत असी स्कूल के बच्चों का भी एक इको क्लब दे मैंबरशिप की हुई है, तो वो बच्चे का कम कर दी करते हैं अध्यापकों की अगवाई दे विच, नाल ही सानू ग्राम पंचायत वालों तो बच्चों के पेरेंट्स वालों बहुत सारा सहयोग मिलता है। धन्यवाद सर। जिवें कि सर ने सानू दस्सिया कि वातावरण जिहड़ा साफ रखना चाहिए, तो इन्हों का इको क्लब है जिहड़ा बहुत वधिया तुसीं देख ही रहे हो कि इत्थे स्कूल का जिहड़ा वातावरण का माहौल है बहुत अच्छा है, तो बहुत चंगा लग्या सर नूं मिल के। थैंक यू सर, धन्यवाद। इस स्कूल के विच
सर गुरदीप सिंह पुरी जी ने बहुत सोहनी एक कोशिश है जी अपना एक उपराला जोड़ा चलाया हुआ ता जो बच्चे जॉब टैसट में क्लीयर करके अपनी जॉब आ जी प्राप्त कर सकन तो अपने भविख में सुनहरा बना देना। जे सर हम आप गल करिए सुनहरे भविख बारे आप गल करते हैं भी किन्ने क बच्चे इस स्कूल के लग के अलग अलग फील्ड के गए। हाँ जी साढ़े स्कूल के काफ़ी बच्चे आर्मी के भर्ती हुए ने जी तो उस तो बाद जे बच्चे टेंथ के 80% के लगभग टैसट नंबर लेंदे ने तो बच्चे बख बख मैरीटोरीअस स्कूल जेडे पंजाब सरकार ने खोले ने जिमें साडे कोलों पहला बच्चा बबली कौर चरने की आंडे वाली उन्हों असी बहुत गरीब घरों से परिवार के उन्हों असी पटियाले खुद मैं जाके एडमिशन करवाई तो अज लड़की गुरु नानक कॉलेज के BSC कर रही है जी। तो उस तो बाद एक साढ़े को तीन इतने बच्चे से उस स्कूल के मतलब कि जिहड़ा PN उहदे भतीजे सी उह दो भरा आर्मी दे विच अपना जगतार सिंह ते सतनाम सिंह ते उहनां दा जिहड़ा छोटा भरा उह तिन्ने भरा पढ़ाई दे विच बहुत ज़्यादा इंटैलीजेंट सी ते दो बच्चे उह आर्मी दे विच भर्ती हो गए ते तीसरा बच्चा साडा बठिंडे तो मैरीटोरीअस स्कूल दे विच प्लस टू नॉन मैडिकल नाल कर रहा। उस तो बाद जिहड़े वख वख साडे अक्की कौर डॉक्टर ऑफ लीला सिंह पखड़ियाल पिंड तो वो लड़कियां काफ़ी लड़कियां साड़ियाँ BEd कर गई ETT कर गई तो टीचर भी भर्ती हो गए जी। तो इस करके वो बच्चों के जो असी देखे भी ये बच्चे कुछ करने के इच्छुक ने इन्हां दे विच टैलेंट है गया तो उन्होंने असी मोटीवेट करके गाइड करके वख वख फील्डां दे विच वो बच्चे नूं असी भेजिया उन्हां बच्चों ने साडा बहुत वधिया रिजल्ट दिता। इस तों बाद जिहड़े बच्चे साढ़े अपना थर्मल बणा वाली जिहड़ा प्लांट लग्या होया उत्थे भी उस साल दी साल एक टैसट लैंदे आ GK दा जी। GK दे टैसट दे विच जिहड़ा साडे सवेर मॉर्निंग असैम्बली दे विच जी एक तां सानू जिहड़ा पंजाब सरकार वल्लों उडान प्रोजैक्ट चलदा जी उहदे तां जिहड़े असी क्वेश्चन आउंदे ने सीटां उह असी ब्लैक बोर्ड तां ते चिपका दिंदे आ तो बच्चे प्रश्न उत्तर नोट करते हैं। उस तो बाद असी 5-10 जिहड़े क्वेश्चन रोज़ GK दे उह असी बच्चों नूं अखबार दे विचों आप कहने भी आप लभ के आप बोलो तो वह बच्चे अगले दिन अखबार दे विच जां मतलब कि खबर सुन के तो वह बच्चे मॉर्निंग असैम्बली दे विच GK दे प्रश्न बोलते तो वो उत्तर देंदे आ। इस करके बच्चे जिहड़े GK दे विच भी साडे परफेक्ट हुंदे ने उहदे वास्ते जिहड़ा उपर साडे बच्चे तुसी देखते हो लगातार साढ़े बच्चे जिहड़े ने वो फस्ट सैकेंड मानसा जिले के आया 2,000 2,500 रुपया 4,500 हरेक साल असी खाली किसी भी साल मुड़ के नहीं आए जी। हरेक साल साड़ी जी कोई ना कोई टीम जी चाहे मिडल वर्ग हो चाहे सैकेंडरी वर्ग हो चाहे हाई वर्ग हो प्राइज लैके आँदी है। हाँ जी जिमें कि सैने कहें एक हीरे की परख जौहरी करता है तो उस उस तो बाद उस हीरे नूं तराशदा तो बिल्कुल ही इदा सर गुरदीप सिंह पुरी जी करते हैं जो कि बच्चों के टैलेंट पछाण के उन्हां दे टैलेंट नूं अगे लिया के फिर उन्होंने नौकरियां हासिल करवाते हैं। जिमें कि आप सब नूं पता ही अज का युग है जिहड़ा तकनीकी युग है तो आप हुण इस स्कूल के बारे में की तकनीक चल रही ने उस तकनीकों बारे आप इस स्कूल के SS के मास्टर सरदार जसविंदर सिंह तो पुछांगे। सब तो पहला मैं सरदार जसविंदर सिंह जी का साडे प्रोग्राम साडा स्कूल साडा माण दे विच स्वागत करदा ते सर हुण मैं तुहानूं पुछना चाहुंदा वी इस स्कूल दे विच की तकनीकां ने जो कोई बच्चां लई तुसीं सर पहला तां रामगढ़ शाह पुरिया स्कूल दे विच आउण ते साडा वल्लों वी तुहानूं धन्नवाद। थैंक यू सर। ते जिस तरह तुसीं हुण सवाल पुट कीता सीगा वी तुहाडे स्कूल दे विच की टैक्नीक्स चल रही हैं जिहड़ियां असीं स्टडी दे नाल बच्चों नूं वरत रहे हैं जी। जिस तरह आपां अपने पिछले पासे देख रहे हां साडे स्कूल दे विच पिछे जे सरकार वालों सानू जिहड़े 5 प्रोजैक्टर दिते गए सी जी साडे लगभग जिन्ने क्लासरूम ने सारयां दे विच प्रोजैक्टर फिट किए हुए ने ते असीं इस तकनीक दे नाल बच्चों नूं जिहड़ा हैगा पढ़ाउने आ। तो हुण पिछे जे मौजूदा साडे राजसभा मैंबर सरदार बलविंदर सिंह जी भूंदड़ वालों एक प्रोजैक्टर सानू होर दिता गया है तो ये सानू जिहड़े बच्चों तक जिहड़ा हैगा गा इस तकनीक दे नाल पढ़ाया जांदा जी। इहदे विच वख वख ऐप्स ने जिहड़ियां डाउनलोड कीतियां गईयां ने जी उन्हां नूं जिहड़ा हैगा स्कूल दे सिलेबस नाल जुड़िया होया है जी। जदों उन्हां नूं सिलेबस दे नाल जोड़ के असीं बच्चों नूं इत्थे पढ़ाउने आ जां जिस तरह अजकल मोबाइल दे नाल जोड़ के YouTube वगैरह जोड़ के जिहड़े हैगे आ टॉपिक है बच्चों असीं इहदे नाल जोड़ के उन्हां नूं पढ़ाउने हैगे जिहदे नाल बच्चों नूं मतलब कि जिहड़ी हैगे प्रोजैक्ट आ जल्दी जिहड़ा हैगा समझ आउंदा गा।
ਕਿਉਂਕਿ ਸਰ ਤੁਸੀਂ ਦੱਸਿਆ ਵੀ ਜਿਹੜਾ ਇਹ ਪ੍ਰੋਜੈਕਟ ਦੇ ਰਾਹੀਂ ਬੱਚਿਆਂ ਨੂੰ ਜੋ ਸਭ ਕੁਛ ਛੇਤੀ ਜਲਦੀ ਜਿਹੜਾ ਮਾਇੰਡ ਦਾ ਉਹ ਸਿਖਾਓ ਛੇਤੀ ਕੈਚ ਕਰ ਲੈਂਦੇ ਨੇ। ਅਤੇ ਸਰ ਆਪਾਂ ਗੱਲ ਕਰੀਏ ਇਸ ਤੋਂ ਵਗੈਰਾ ਇਸ ਫੀਚਰ ਦੇ ਸਟੂਡੈਂਟਸ ਨੂੰ ਹੋਰ ਕੀ ਲਾਭ ਮਿਲ ਰਹੇ ਨੇ? ਜਿਸ ਤਰ੍ਹਾਂ ਅਸੀਂ ਕਿਸੇ ਵੀ ਸਬਜੈਕਟ ਦੀ ਗੱਲ ਲੈ ਲੈਂਦੇ ਹਾਂ, ਸਪੋਜ਼ ਕਰੋ ਸਾਡੇ ਸਬਜੈਕਟ ਆ ਸਮਾਜਿਕ ਸਿੱਖਿਆ, ਅਸੀਂ ਉਹਦੀ ਗੱਲ ਲੈ ਲਈਏ ਤਾਂ ਬੱਚਿਆਂ ਨੂੰ ਕੋਈ ਵੀ ਟੋਪਿਕ ਕਲੀਅਰ ਕਰਵਾਉਣਾ ਹੈ ਤਾਂ ਉਹਦੇ ਵਿੱਚ ਜੇ ਅਸੀਂ ਭੂਗੋਲ ਦੀ ਗੱਲ ਕਰੀਏ, ਜੇ ਅਸੀਂ ਪਹਾੜਾਂ ਦੀ ਗੱਲ ਕਰਦੇ ਹਾਂ ਜਾਂ ਅਸੀਂ ਨਦੀਆਂ ਦੀ ਗੱਲ ਕਰਦੇ ਹਾਂ ਜਾਂ ਕਿਸੇ ਅਸੀਂ ਇਤਿਹਾਸ ਦੇ ਵਿੱਚ ਕਿਸੇ ਸਥਾਨਾਂ ਦੀ ਗੱਲ ਕਰਦੇ ਹਾਂ, ਜੇ ਸਪੋਜ਼ ਕਰੋ ਹਰਿਮੰਦਰ ਸਾਹਿਬ ਦਾ ਟੋਪਿਕ ਹੈ ਜਾਂ ਜੈਪੁਰ ਦਾ ਹੈਗਾ ਜਾਂ ਸਾਡੇ ਹਿਮਾਲਿਆ ਪਰਬਤ ਦਾ ਟੋਪਿਕ ਹੈ, ਜੇ ਅਸੀਂ ਉਹਨੂੰ ਬੱਚੇ ਨੂੰ ਕਿਤਾਬ ਦੇ ਵਿੱਚ ਪੜ੍ਹਾਉਂਦੇ ਰਹਿੰਦੇ ਹਾਂ ਤਾਂ ਉਹ ਬੱਚੇ ਉਨੀ ਜਲਦੀ ਸਮਝ ਨਹੀਂ ਪਾਉਂਦੇ। ਜਦੋਂ ਅਸੀਂ ਉਸ ਟੋਪਿਕ ਨੂੰ ਅਸੀਂ ਇੱਥੇ ਪ੍ਰੋਜੈਕਟਰ 'ਤੇ ਲਿਆ ਕੇ ਉੱਥੇ ਓਪਨ ਕਰਕੇ ਖੋਲ੍ਹ ਕੇ ਦਿਖਾਉਂਦੇ ਹਾਂ ਤਾਂ ਬੱਚੇ ਤਸਵੀਰਾਂ ਰਾਹੀਂ ਸਿੱਖਦੇ ਨੇ ਜੀ। ਜਿਸ ਤਰ੍ਹਾਂ ਆਪਾਂ ਨੂੰ ਪਤਾ ਹੀ ਹੈ ਵੀ ਜਿਹੜੀ ਚੀਜ਼ ਅਸੀਂ ਖੁਦ ਦੇਖ ਲਈਏ, ਦੇਖਣ ਨਾਲ ਸਾਨੂੰ ਜਿਹੜਾ ਹੈਗਾ ਵਧੀਆ ਅਸੀਂ ਜਿਹੜੇ ਸਾਡੇ ਮਾਇੰਡ ਦੇ ਵਿੱਚ ਇੱਕ ਤਸਵੀਰ ਬਣ ਜਾਂਦੀ ਹੈ ਅਤੇ ਬੱਚਾ ਜਦੋਂ ਉਹਨੂੰ ਦੇਖਦਾ ਹੈਗਾ ਤਾਂ ਦੇਖਣ ਨਾਲ ਉਹਦੇ ਇੱਕ ਜਿਹੜਾ ਦਿਮਾਗ ਹੈ ਉਹਦੇ ਵਿੱਚ ਇੱਕ ਤਸਵੀਰ ਡਿਵੈਲਪ ਹੋ ਜਾਂਦੀ ਹੈ ਜਿਸ ਦੇ ਨਾਲ ਉਹਨੂੰ ਮਤਲਬ ਕਿ ਲੰਬੇ ਸਮੇਂ ਤੱਕ ਉਹ ਸਿੱਖਿਆ ਜਿਹੜੀ ਹੈਗੀ ਹੈ ਉਹ ਸਿੱਖਦਾ ਰਹਿੰਦਾ ਅਤੇ ਉਹ ਉਸਨੂੰ ਯਾਦ ਵੀ ਰਹਿੰਦੀ ਹੈ। ਜੇ ਇੱਕ ਕਿਤਾਬ ਤੋਂ ਹੀ ਜੇ ਇਕੱਲੀ ਤੋਂ ਪੜ੍ਹਾਈ ਜਾਵਾਂਗੇ ਅਸੀਂ ਤਾਂ ਮੈਨੂੰ ਨਹੀਂ ਲੱਗਦਾ ਵੀ ਬੱਚਾ ਓਨੇ ਵਧੀਆ ਤਰੀਕੇ ਨਾਲ ਸਿੱਖੂ ਜਿੰਨਾ ਇਸ ਤਰੀਕੇ ਨਾਲ ਸਿੱਖਦਾ ਗਾ। ਇਸ ਕਰਕੇ ਜਿਹੜੀ ਤਕਨੀਕ ਹੈ ਜਿਹੜੀ ਸਿੱਖਿਆ ਦੇ ਵਿੱਚ ਉਹ ਬਹੁਤ ਜ਼ਿਆਦਾ ਮਤਲਬ ਕਿ ਜਿਹੜੀ ਹੈਗੀ ਹੈ ਫਾਇਦੇਮੰਦ ਹੈ ਅਤੇ ਬੱਚੇ ਬਹੁਤ ਹੀ ਵਧੀਆ ਇਹਦੇ ਨਾਲ ਸਿੱਖਦੇ ਨੇ। ਜਿਵੇਂ ਕਿ ਟੀਚਰ ਸਾਹਿਬਾਨ ਦਾ ਮੰਨਣਾ ਵੀ ਬੁੱਕ ਵਰਕ ਦੇ ਨਾਲੋਂ ਪ੍ਰੈਕਟੀਕਲੀ ਵਰਕ ਹੈ ਜੋ ਬੱਚਿਆਂ ਦੇ ਲਈ ਬਹੁਤ ਜ਼ਿਆਦਾ ਸਹੀ ਰਹਿੰਦਾ ਅਤੇ ਉਸੇ ਤਕਨੀਕ ਨੂੰ ਇਸ ਸਕੂਲ ਦੇ ਵਿੱਚ ਲਾਗੂ ਕੀਤਾ ਹੋਇਆ ਤਾਂ ਜੋ ਬੱਚੇ ਆਪਣਾ ਮੁਕਾਮ ਛੇਤੀ ਹਾਸਲ ਕਰ ਸਕਣ। ਧੰਨਵਾਦ। ਦੋਸਤੋ ਹੁਣ ਸਾਡੇ ਨਾਲ ਜੁੜ ਚੁੱਕੇ ਨੇ ਸਰਦਾਰ ਦਸ਼ਮੇਸ਼ ਸਿੰਘ ਜੀ ਅਤੇ ਸਰ ਤੁਹਾਡਾ ਸਾਡੇ ਚੈਨਲ ਦੇ ਪ੍ਰੋਗਰਾਮ ਸਾਡਾ ਸਕੂਲ ਸਾਡਾ ਮਾਣ ਦੇ ਵਿੱਚ ਪਹਿਲਾਂ ਤਾਂ ਸਵਾਗਤ ਹੈ ਜੀ। ਸਵਾਗਤ ਹੈ ਜੀ, ਬਹੁਤ ਬਹੁਤ ਤੁਹਾਡਾ ਵੀ ਇੱਥੇ ਆਉਣ 'ਤੇ। ਅਤੇ ਸਰ ਜਿਵੇਂ ਕਿ ਮੈਂ ਗੱਲ ਕਰਾਂ ਵੀ ਅੱਜ ਕੱਲ੍ਹ ਜਿਹੜੀ ਸਕਿੱਲ ਡਿਵੈਲਪਮੈਂਟ ਹੈ ਇਹਦੇ 'ਤੇ ਸਰ ਬੜਾ ਜ਼ੋਰ ਦਿੱਤਾ ਜਾ ਰਿਹਾ ਅਤੇ ਤੁਸੀਂ ਇਸ ਸਕੂਲ ਦੇ ਵਿੱਚ ਜਿਹੜੀ ਸਕਿੱਲ ਡਿਵੈਲਪਮੈਂਟ ਹੈ ਇਹ ਬੱਚਿਆਂ ਨੂੰ ਕਿਸ ਤਰ੍ਹਾਂ ਦੇ ਰਹੇ ਹੋ? ਸਰ ਇੱਥੇ ਨਾ ਆਪਣੇ ਇਸ ਸਕੂਲ ਦੇ ਵਿੱਚ ਪਿੰਡ ਰਾਮਗੜ੍ਹ ਛਾਪਰੀਆ ਮਾਨਸਾ ਦੇ ਵਿੱਚ ਇੱਥੇ ਸਾਡੇ ਸਕੂਲ ਦੇ ਵਿੱਚ ਦੋ ਟ੍ਰੇਡੇ ਚੱਲਦੇ ਨੇ, ਇੱਕ ਨਿੱਜੀ ਸੁਰੱਖਿਆ ਔਰ ਦੂਸਰਾ ਆਈਟੀ। ਜੋ ਇਹਨਾਂ ਨੂੰ ਅਸੀਂ ਨਿੱਜੀ ਸੁਰੱਖਿਆ ਦਾ ਮਤਲਬ ਜੋ ਵੀ ਸਿੱਖਿਆ ਦੇ ਰਿਹਾ ਇਹਨਾਂ ਨੂੰ, ਇਸ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਆ ਜਾਂਦੀਆਂ ਨੇ। ਜਿਵੇਂ ਹੁਣ ਮੈਂ ਖੁਦ ਆਰਮੀ ਰਿਟਾਇਰ ਹੈ, ਆਰਮੀ 'ਚੋਂ ਮੈਂ ਇੱਕ ਹੌਲਦਾਰ ਰੈਂਕ ਦੇ ਉੱਤੇ ਜੋਬ ਕਰਕੇ ਆਇਆ ਪਹਿਲਾਂ, ਅਤੇ ਉਸ ਤੋਂ ਬਾਅਦ ਹੁਣ ਇੱਥੇ ਆਪਾਂ ਜਿਵੇਂ ਉਹ 'ਚੋਂ ਕਹਿ ਲਈਏ ਵੀ ਆਰਮੀ 'ਚ ਜੋ ਸਾਨੂੰ ਸਿਖਾਇਆ ਜਾਂਦਾ ਉਹ ਸਾਡੇ ਇਹਨਾਂ ਦੇ ਵਿੱਚ ਜਿਹੜਾ ਹੁਣ ਸਬਜੈਕਟ ਹੈ ਸਾਡਾ ਇਹਦੇ ਵਿੱਚ ਵੀ ਬਹੁਤ ਸਾਰੀਆਂ ਉਹਦੇ ਵਿੱਚੋਂ ਚੀਜ਼ਾਂ ਮਤਲਬ ਇਸ ਬੱਚਿਆਂ ਨੂੰ ਅਸੀਂ ਸਿਖਾਉਣ ਦੀ ਕੋਸ਼ਿਸ਼ ਕਰਦੇ ਹਾਂ। ਠੀਕ ਹੈ ਸਰ। ਜਿਵੇਂ ਕਿ ਲਾ ਲਓ ਆਪਣਾ ਪੀਟੀ ਦਾ ਹੋ ਗਿਆ, ਡਰਿੱਲ ਹੋ ਗਿਆ, ਜਿਹੜੀ ਆਪਾਂ ਪਰੇਡ 26 ਜਨਵਰੀ ਦੀ ਪਰੇਡ ਚੱਲਦੀ ਆਪਾਂ ਉਹ ਵੀ ਬਹੁਤ ਵਾਰ ਦੇਖੀ ਹੈ, ਟੀ ਵੀ 'ਤੇ ਦੇਖੀਆਂ ਨੇ ਆਪਾਂ ਉਹ ਕੀ ਜਿਵੇਂ NCC ਹੋ ਗਈ, ਆਪਾਂ ਉਹ ਜਿਹੜੀ ਸਿੱਖਿਆ ਉਹ ਆਪਾਂ ਇਸ ਸਕੂਲ ਦੇ ਵਿੱਚ ਹੀ ਉਹਨਾਂ ਨੂੰ ਹੁਣ ਆਪਾਂ ਦੇ ਰਹੇ ਹਾਂਗੇ ਇਸ ਟਾਈਮ। ਠੀਕ ਹੈ ਜੀ। ਜਿਵੇਂ ਸਰ ਨੇ ਗੱਲ ਕੀਤੀ ਕਿ ਇਸ ਸਕੂਲ ਦੇ ਵਿੱਚ ਜਿਹੜੀਆਂ ਦੋ ਟ੍ਰੇਡਸ ਨੇ ਉਹ ਚੱਲ ਰਹੀਆਂ ਨੇ, ਸਰ ਜੇ ਮੈਂ ਗੱਲ ਕਰਾਂ ਵੀ ਨਿੱਜੀ ਸੁਰੱਖਿਆ ਜਿਹੜੀ ਤੁਸੀਂ ਟ੍ਰੇਡ ਦੱਸੀ ਆ ਤਾਂ ਇਹਦੇ ਬੱਚਿਆਂ ਦੇ ਵਿੱਚ ਸਰ ਇਹਦਾ ਕੀ ਮਹੱਤਵ ਹੈ? ਨਿੱਜੀ ਸੁਰੱਖਿਆ ਮਤਲਬ ਆਪਣੇ ਆਪ ਨੂੰ ਕਿਵੇਂ ਸੇਫ ਰੱਖਣਾ, ਜਿਹੜੀ ਸੰਸਥਾ ਦੇ ਨਾਲ ਅਸੀਂ ਕਿਤੇ ਮਤਲਬ ਆਪਣੀ ਆਰਮੀ 'ਚ ਲਾ ਲਓ ਜਾਂ ਕਿਤੇ ਵੀ ਹੋਰ ਆਪਾਂ ਮਤਲਬ ਕਿਸੇ ਤਰ੍ਹਾਂ ਦੀ ਜੋਬ ਕਰਦੇ ਹਾਂ, ਉਹ ਸੰਸਥਾ ਨੂੰ ਅਸੀਂ ਕਿਵੇਂ ਸੇਫ ਰੱਖਣਾ, ਉਹਦੀ ਸੁਰੱਖਿਆ ਕਿਵੇਂ ਕਰਨੀ ਹੈ। ਜਿਵੇਂ ਕਿ ਆਪਾਂ ਇੱਕ ਆਰਮੀ 'ਚ ਨੌਜਵਾਨ ਭਰਤੀ ਹੁੰਦਾ ਉਹ ਆਪਣੇ ਦੇਸ਼ ਦੀ ਸੁਰੱਖਿਆ ਵਾਸਤੇ ਹੁੰਦਾ, ਜਾਂ ਜਿਵੇਂ ਆਪਣੇ ਕੋਈ ਹੋਸਪਿਟਲ ਲਾ ਲਓ ਜਾਂ ਸਰਕਾਰੀ ਕੋਈ ਕਾਰਖਾਨੇ ਲਾ ਲਓ, ਫੈਕਟਰੀਆਂ ਲਾ ਲਓ, ਵੀ ਉਹਨਾਂ ਦੇ ਵਿੱਚ ਜਿਹੜੀ ਸਿਕਿਉਰਿਟੀ ਆਪਾਂ ਕਹਿ ਦਿੰਦੇ ਹਾਂ ਵੀ ਕੋਈ ਸਿਕਿਉਰਿਟੀ ਗਾਰਡ ਖੜ੍ਹੇ ਨੇ, ਉਹ ਸਿਰਫ ਉਹਨਾਂ ਨੂੰ ਕੰਪਨੀਆਂ ਨੂੰ ਉਸ ਅਦਾਰਿਆਂ ਨੂੰ ਸੇਫ ਰੱਖਣ ਵਾਸਤੇ ਉਹਨਾਂ ਨੂੰ ਮਤਲਬ ਨਿੱਜੀ ਸੁਰੱਖਿਆ ਕਿਹਾ ਜਾਂਦਾ ਹੈ। ਠੀਕ ਹੈ ਜੀ। ਦੋਸਤੋ ਸਰ ਨੇ ਸਾਨੂੰ ਬਹੁਤ ਵਧੀਆ ਜਾਣਕਾਰੀ ਹੈ ਜਿਹੜੀ ਦਿੱਤੀ ਹੈ ਕਿ ਜਿੱਥੇ ਇਹ ਸਕੂਲ ਹੈ ਜਿਹੜਾ ਵਿੱਦਿਆ ਦੇ ਵਿੱਚ ਵਿਦਿਆਰਥੀਆਂ ਨੂੰ ਬਹੁਤ ਸਾਰੀ ਹੈ ਜਿਹੜੀ ਹੈ ਸਿੱਖਿਆ ਦੇ ਰਿਹਾ, ਉੱਥੇ ਦੇ ਨਾਲ ਨਾਲ ਜਿਹੜੀ RTI ਅਤੇ ਜਿਹੜੀ ਹੈ ਇੱਕ ਨਿੱਜੀ ਸੁਰੱਖਿਆ ਜਿਹੜੀਆਂ ਇਹਨਾਂ ਦੀਆਂ ਦੋ ਟ੍ਰੇਡਾਂ ਚੱਲ ਰਹੀਆਂ ਨੇ ਉਹਦੇ ਵਿੱਚ ਵੀ ਇਹ ਬੱਚਿਆਂ ਨੂੰ ਜਿਹੜਾ ਭਰਪੂਰ ਜਾਣਕਾਰੀ ਦੇ ਰਹੇ ਆ। ਧੰਨਵਾਦ। ਗੱਲਾਂ ਦਾ ਸਿਲਸਿਲਾ ਜਾਰੀ ਰੱਖਦੇ ਹੋਏ ਸਾਡੇ ਨਾਲ ਸਰਕਾਰੀ ਸੈਕੰਡਰੀ ਸਕੂਲ ਰਾਮਗੜ੍ਹ ਸ਼ਾਹਪੁਰੀਆ ਦੇ ਇੰਗਲਿਸ਼ ਦੇ ਅਧਿਆਪਕ ਸਰਦਾਰ ਨਿਰਮਲ ਸਿੰਘ ਜੀ ਸਾਡੇ ਨਾਲ ਦੁਬਾਰਾ ਤੋਂ ਜੁੜ ਚੁੱਕੇ ਨੇ। ਅਸੀਂ ਸਾਡੇ ਪ੍ਰੋਗਰਾਮ ਸਾਡਾ ਸਕੂਲ ਸਾਡਾ ਮਾਣ ਦੇ ਵਿੱਚ ਸਰ ਦਾ ਦੁਬਾਰਾ ਤੋਂ ਫਿਰ ਸਵਾਗਤ ਕਰਦੇ ਹਾਂ। ਧੰਨਵਾਦ ਸਰ। ਸਰ ਜੇ ਆਪਾਂ ਇਸ ਸਕੂਲ ਦੇ ਨਤੀਜਿਆਂ ਦੀ ਗੱਲ ਕਰੀਏ, ਇਸ ਸਕੂਲ ਦੇ ਨਤੀਜੇ ਸਰ ਜਿਵੇਂ ਆਪਾਂ 10ਵੀਂ ਦੇ ਲੈ ਲਓ 12ਵੀਂ ਦੇ ਲੈ ਲਓ, ਸਰ ਕਿੰਨੇ ਕੁ ਪੱਧਰ ਤੱਕ ਰਹਿੰਦੇ ਨੇ? ਜਿੱਥੋਂ ਤੱਕ ਸਕੂਲ ਦੇ ਨਤੀਜਿਆਂ ਦਾ ਸਵਾਲ ਹੈ ਜੀ ਸਰ,
ਸਕੂਲ ਦੇ ਨਤੀਜੇ ਪਿਛਲੇ ਲੰਬੇ ਸਮੇਂ ਤੋਂ ਜੀ ਬਹੁਤ ਵਧੀਆ ਆ ਰਹੇ ਨੇ ਜੀ। ਬੋਰਡ ਕਲਾਸਾਂ ਨੇ ਜਿਵੇਂ 10ਵੀਂ ਕਲਾਸ ਹੈ 12ਵੀਂ ਕਲਾਸ ਦੇ ਨਤੀਜੇ ਹਰ ਸਾਲ 100% ਆ ਰਹੇ ਨੇ ਜੀ। 100% ਨਤੀਜੇ ਆਏ ਨੇ ਇਸ ਸਾਲ ਵੀ ਜਿਹੜਾ ਹੁਣ 10ਵੀਂ ਕਲਾਸ ਦਾ ਨਤੀਜਾ ਆ ਚੁੱਕਿਆ ਉਸ ਦੇ ਵਿੱਚ ਸਾਡੇ ਸਕੂਲ ਦੇ ਸਾਰੇ ਹੀ ਵਿਦਿਆਰਥੀ ਏ ਗ੍ਰੇਡ ਅਤੇ ਏ ਪਲੱਸ ਗ੍ਰੇਡ ਲੈ ਕੇ ਪਾਸ ਹੋਏ ਨੇ, ਕੋਈ ਵੀ ਵਿਦਿਆਰਥੀ ਫੇਲ ਨਹੀਂ ਹੋਇਆ, 100% ਨਤੀਜਾ ਰਿਹਾ। ਇਸੇ ਤਰ੍ਹਾਂ ਜੋ 12ਵੀਂ ਦਾ ਨਤੀਜਾ ਆਉਣ ਵਾਲਾ ਹੈ ਉਸ ਦੇ ਵਿੱਚ ਵੀ ਸਾਨੂੰ ਉਮੀਦ ਹੈ ਕਿ ਸਾਡੇ ਸਾਰੇ ਵਿਦਿਆਰਥੀ ਬਹੁਤ ਵਧੀਆ ਅੰਕ ਲੈ ਕੇ ਪਾਸ ਹੋਣਗੇ। ਸੋ ਨਤੀਜਿਆਂ ਦੇ ਪੱਖ ਤੋਂ ਸਾਡੇ ਸਕੂਲ ਦਾ ਰਿਕਾਰਡ ਬਹੁਤ ਵਧੀਆ, ਕਿਉਂਕਿ ਸਾਡੇ ਸਕੂਲ ਦੇ ਸਾਰੇ ਹੀ ਅਧਿਆਪਕ ਬਹੁਤ ਮਿਹਨਤੀ ਨੇ ਅਤੇ ਬੱਚਿਆਂ ਨੂੰ ਬਹੁਤ ਜ਼ਿਆਦਾ ਮਿਹਨਤ ਕਰਵਾਉਂਦੇ ਨੇ। ਸਰ ਜੇ ਆਪਾਂ ਗੱਲ ਕਰੀਏ ਵੀ ਨਤੀਜੇ, ਜਿਵੇਂ ਤੁਸੀਂ ਦੱਸਿਆ ਬਹੁਤ ਵਧੀਆ ਨਤੀਜੇ ਸਕੂਲ ਪ੍ਰਾਪਤ ਕਰ ਰਿਹਾ, ਵੀ ਉਹ ਨਤੀਜਿਆਂ ਦੇ ਵਿੱਚ ਕੁੜੀਆਂ ਅੱਗੇ ਆ ਰਹੀਆਂ ਨੇ ਜਾਂ ਮੁੰਡੇ ਅੱਗੇ ਆ ਰਹੇ ਨੇ ਸਰ? ਹਾਂਜੀ, ਇਸ ਦੇ ਵਿੱਚ ਲੜਕੀਆਂ ਦਾ ਪੱਖ ਹੈ ਜਿਹੜਾ ਉਹ ਕਾਫੀ ਬਿਹਤਰ ਰਹਿੰਦਾ। ਹਰ ਸਾਲ ਲੜਕੀਆਂ ਵੱਲੋਂ ਵਧੀਆ ਪੁਜੀਸ਼ਨਾਂ ਪ੍ਰਾਪਤ ਕੀਤੀਆਂ ਜਾਂਦੀਆਂ ਨੇ ਜੀ, ਪਰ ਫਿਰ ਵੀ ਸਾਡੇ ਸਕੂਲ ਦੇ ਲੜਕੇ ਨੇ ਜਿਹੜੇ ਉਹ ਵੀ ਬਹੁਤ ਵਧੀਆ ਕਾਰਗੁਜ਼ਾਰੀ ਕਰ ਰਹੇ ਨੇ ਅਤੇ ਸਾਰੇ ਹੀ ਵਿਦਿਆਰਥੀ ਜਿਹੜੇ ਨੇ ਉਹ ਬਹੁਤ ਵਧੀਆ ਅੰਕ ਲੈ ਕੇ ਹਰ ਸਾਲ ਪਾਸ ਹੁੰਦੇ ਨੇ। ਲੜਕੀਆਂ ਦੇ ਅੰਕ ਨੇ ਜਿਹੜੇ ਉਹ ਲਗਭਗ ਹਰ ਸਾਲ 80% ਤੋਂ ਅਬਵ ਹੁੰਦੇ ਨੇ, ਉੱਪਰ ਹੁੰਦੇ ਨੇ, ਅਤੇ ਲੜਕਿਆਂ ਦੇ ਵੀ ਬਹੁਤ ਵਧੀਆ ਪੁਜੀਸ਼ਨਾਂ ਲੈ ਕੇ ਪਾਸ ਹੁੰਦੇ ਨੇ ਸਾਰੇ ਬੱਚੇ। ਜਿਵੇਂ ਸਰ ਸਿਆਣੇ ਕਹਿੰਦੇ ਨੇ ਵੀ ਜਿਹੜੀਆਂ ਆਪਣੀਆਂ ਪੰਜੇ ਉਂਗਲਾਂ ਨੇ ਇੱਕ ਸਾਰ ਨਹੀਂ ਹੁੰਦੀਆਂ, ਇਸੇ ਤਰ੍ਹਾਂ ਬੱਚਿਆਂ ਦੇ ਆਪਾਂ ਕਲਾਸ ਦੀ ਗੱਲ ਕਰੀਏ, ਕਲਾਸ ਦੇ ਵਿੱਚ ਸਾਰੇ ਬੱਚੇ ਹੁਸ਼ਿਆਰ ਨਹੀਂ ਹੁੰਦੇ, ਕਈ ਬੱਚੇ ਕਮਜ਼ੋਰ ਹੁੰਦੇ ਨੇ ਸਰ, ਅਤੇ ਜਿਹੜੇ ਬੱਚੇ ਕਮਜ਼ੋਰ ਹੁੰਦੇ ਨੇ ਉਹਨਾਂ ਨੂੰ ਤੁਸੀਂ ਉੱਪਰ ਲਿਆਉਣ ਦੇ ਲਈ ਤੁਸੀਂ ਕੀ ਯਤਨ ਕਰਦੇ ਹੋ? ਮਨੋਵਿਗਿਆਨ ਦੇ ਅਨੁਸਾਰ ਬੱਚਿਆਂ ਦੇ ਵਿੱਚ ਵੱਖ ਵੱਖ ਜਿਹੜੀਆਂ ਭਿੰਨਤਾਵਾਂ ਨੇ ਉਹ ਹੁੰਦੀਆਂ ਨੇ, ਸਾਰੇ ਬੱਚੇ ਇਕਸਾਰ ਨਹੀਂ ਹੁੰਦੇ। ਕੁਝ ਬੱਚੇ ਬਹੁਤ ਵਧੀਆ ਕਾਰਗੁਜ਼ਾਰੀ ਕਰਨ ਵਾਲੇ ਹੁੰਦੇ ਨੇ, ਕੁਝ ਬੱਚੇ ਔਸਤ ਬੱਚੇ ਹੁੰਦੇ ਨੇ, ਅਤੇ ਕੁਝ ਬੱਚੇ ਜਿਹੜੇ ਨੇ ਉਹ ਪੜ੍ਹਾਈ ਦੇ ਵਿੱਚ ਥੋੜ੍ਹਾ ਕਮਜ਼ੋਰ ਹੁੰਦੇ ਨੇ ਜੀ। ਸੋ ਸਭ ਤੋਂ ਪਹਿਲਾਂ ਤਾਂ ਉਹਨਾਂ ਬੱਚਿਆਂ ਦੀ ਪਹਿਚਾਣ ਕਰਨੀ ਹੈ ਜਿਹੜੀ ਬਹੁਤ ਜ਼ਰੂਰੀ ਹੈ ਜੀ। ਸੋ ਸਾਡੇ ਅਧਿਆਪਕਾਂ ਵੱਲੋਂ ਵੱਖ ਵੱਖ ਕਲਾਸਾਂ ਦੇ ਵਿੱਚ ਬੱਚਿਆਂ ਦੀ ਪਹਿਚਾਣ ਕੀਤੀ ਜਾਂਦੀ ਹੈ ਕਮਜ਼ੋਰ ਵਿਦਿਆਰਥੀਆਂ ਦੇ ਲਈ, ਅਤੇ ਜਿਹੜੇ ਬਹੁਤ ਵਧੀਆ ਕਾਰਗੁਜ਼ਾਰੀ ਕਰ ਸਕਦੇ ਨੇ ਉਹਨਾਂ ਵਿਦਿਆਰਥੀਆਂ 'ਤੇ ਅਲੱਗ ਤੌਰ 'ਤੇ ਧਿਆਨ ਦਿੱਤਾ ਜਾਂਦਾ। ਅਤੇ ਸਾਡੇ ਅਧਿਆਪਕ ਸਾਹਿਬਾਨ ਨੇ ਜਿਹੜੇ ਉਹ ਸਕੂਲ ਲੱਗਣ ਤੋਂ ਪਹਿਲਾਂ ਦੇ ਸਮੇਂ ਦੇ ਦੌਰਾਨ ਅਤੇ ਸਕੂਲ ਦੀ ਛੁੱਟੀ ਹੋਣ ਤੋਂ ਬਾਅਦ ਦੇ ਸਮੇਂ ਦੇ ਦੌਰਾਨ ਐਕਸਟਰਾ ਕਲਾਸਿਸ ਲੈਂਦੇ ਨੇ ਤਾਂ ਜੋ ਉਹਨਾਂ ਵਿਦਿਆਰਥੀਆਂ ਨੂੰ ਜਿਹੜੇ ਬੱਚੇ ਪੜ੍ਹਾਈ ਦੇ ਵਿੱਚ ਥੋੜ੍ਹਾ ਕਮਜ਼ੋਰ ਨੇ ਉਹਨਾਂ ਨੂੰ ਹੋਰ ਜ਼ਿਆਦਾ ਵਧੀਆ ਪੜ੍ਹਾਈ ਦਾ ਮਾਹੌਲ ਮਿਲ ਸਕੇ ਅਤੇ ਸਾਰੇ ਹੀ ਵਿਦਿਆਰਥੀ ਨੇ ਜਿਹੜੇ ਉਹ ਬਹੁਤ ਵਧੀਆ ਨਤੀਜੇ ਦੇ ਸਕਣ। ਜਿਵੇਂ ਕਿ ਸਰ ਨੇ ਦੱਸਿਆ ਵੀ ਸਕੂਲ ਦੇ ਜਿਹੜੇ ਨਤੀਜੇ ਨੇ 100% ਰਹਿੰਦੇ ਨੇ, ਕਮਜ਼ੋਰ ਵਿਦਿਆਰਥੀਆਂ ਨੂੰ ਉੱਪਰ ਲਿਆਉਣ ਦੇ ਲਈ ਸਰ ਬਹੁਤ ਜ਼ਿਆਦਾ ਯਤਨ ਕਰਦੇ ਨੇ, ਇੱਥੋਂ ਪਤਾ ਲੱਗਦਾ ਵੀ ਸਾਰੇ ਸਕੂਲ ਦਾ ਜਿਹੜਾ ਸਟਾਫ ਹੈ ਅਤੇ ਪ੍ਰਿੰਸੀਪਲ ਸਰ ਨੇ ਬਹੁਤ ਹੀ ਜ਼ਿਆਦਾ ਮਿਹਨਤੀ ਨੇ। ਹਾਂਜੀ ਦੋਸਤੋ, ਹੁਣ ਸਾਡੇ ਨਾਲ ਇਸੇ ਸਕੂਲ ਦੇ ਇੰਗਲਿਸ਼ ਦੇ ਅਧਿਆਪਕ ਸਰਦਾਰ ਗੁਰਦੀਪ ਸਿੰਘ ਜੀ ਸਾਡੇ ਨਾਲ ਜੁੜ ਚੁੱਕੇ ਨੇ, ਅਸੀਂ ਇਹਨਾਂ ਦਾ ਸਾਡੇ ਪ੍ਰੋਗਰਾਮ ਸਾਡਾ ਸਕੂਲ ਸਾਡਾ ਮਾਣ ਦੇ ਵਿੱਚ ਸਵਾਗਤ ਕਰਦੇ ਹਾਂ। ਧੰਨਵਾਦ ਜੀ, ਬਹੁਤ ਬਹੁਤ ਤੁਹਾਡਾ ਸਵਾਗਤ। ਸਰ ਅਸੀਂ ਤੁਹਾਨੂੰ ਪੁੱਛਣਾ ਚਾਹੁੰਦੇ ਹਾਂ ਵੀ ਜੋ ਸਰ ਤੁਸੀਂ ਇਹ ਪਾਰਕ ਬਣਾਇਆ, ਇਸ ਪਾਰਕ ਦਾ ਸਰ ਕੀ ਉਦੇਸ਼ ਹੈ? ਹਾਂਜੀ ਨਰਿੰਦਰ ਜੀ, ਹਾਂਜੀ ਜਿਵੇਂ ਕਿ ਤੁਹਾਡਾ ਕੁਐਸਚਨ ਸੀ ਕਿ ਪਾਰਕਾਂ ਦਾ ਬੱਚਿਆਂ ਦੀ ਸਟੱਡੀ ਦੇ ਵਿੱਚ ਕੀ ਮਹੱਤਵ ਹੈ ਜੀ, ਮੈਂ ਤੁਹਾਨੂੰ ਦੱਸਣਾ ਚਾਹੂੰਗਾ ਕਿ ਇਸ ਦਾ ਬਹੁਤ ਜ਼ਿਆਦਾ ਮਹੱਤਵ ਹੈ ਜੀ। ਇਸ ਪਾਰਕ ਨੂੰ ਅਸੀਂ ਨੇ ਇਸ ਤਰ੍ਹਾਂ ਡਿਜ਼ਾਇਨ ਕੀਤਾ ਜਿਵੇਂ ਕਿ ਅਸੀਂ ਆਪਾਂ ਅੱਗੇ ਚੱਲ ਕੇ ਦੇਖਦੇ ਹਾਂ ਜੀ, ਜਿਵੇਂ ਤੁਹਾਡੇ ਸਾਹਮਣੇ ਇੱਕ ਬੋਰਡ ਲੱਗਿਆ ਹੋਇਆ, ਹਾਂਜੀ ਇਹਦੇ ਵਿੱਚ ਅਸੀਂ ਬੱਚਿਆਂ ਨੂੰ ਰਾਈਟਿੰਗ ਦੀ ਪ੍ਰੈਕਟਿਸ ਕਰਵਾਉਂਦੇ ਹਾਂ ਜੀ, ਵੀ ਕਿਸ ਤਰ੍ਹਾਂ ਬੱਚੇ ਇੱਥੇ ਬੈਠ ਕੇ ਪ੍ਰੈਕਟਿਸ ਕਰਦੇ ਨੇ ਆਪਣੇ ਆਪ, ਉਹਦੀ ਰਾਈਟਿੰਗ ਅੱਖਰਾਂ ਦੀ ਸ਼ੇਪ ਉਹਨੂੰ ਚੰਗੀ ਤਰ੍ਹਾਂ ਸਿੱਖਦੇ ਨੇ ਜੀ। ਇੱਕ ਤਾਂ ਇਹਦਾ ਰਾਈਟਿੰਗ ਦੇ ਵਿੱਚ ਬਹੁਤ ਜ਼ਿਆਦਾ ਮਹੱਤਵ ਹੈ ਜੀ ਸਰ। ਅਗਲਾ ਆਪਾਂ ਗੱਲ ਕਰਾਂਗੇ, ਇਹ ਸਾਰਾ ਗ੍ਰੈਮਰ ਕਾਰਨਰ ਹੈ ਜੀ। ਗ੍ਰੈਮਰ ਕਾਰਨਰ ਦੇ ਵਿੱਚ ਬੱਚੇ ਤੁਰੇ ਫਿਰਦੇ ਜਿਹੜੀਆਂ ਸਾਰੀਆਂ ਡੈਫੀਨੇਸ਼ਨਸ ਨੇ ਜਿਵੇਂ ਆਪਾਂ ਦੇਖ ਰਹੇ ਹਾਂ ਪਾਰਟਸ ਆਫ ਸਪੀਚ ਨੇ, ਜਦੋਂ ਬੱਚੇ ਇਸ ਪਾਰਕ ਦੀ ਵਿਜ਼ਿਟ ਕਰਦੇ ਨੇ ਤਾਂ ਆਪਣੇ ਆਪ ਦਿਨ ਦੇ ਵਿੱਚ 100 ਵਾਰ 200 ਵਾਰ ਜਿੰਨੇ ਟਾਈਮ ਵੀ ਇੱਥੇ ਆਉਂਦੇ ਨੇ ਉਸ ਚੀਜ਼ ਨੂੰ ਪੜ੍ਹਦੇ ਨੇ। ਇਸ ਕਰਕੇ ਇਹ ਜਿਹੜਾ ਪਾਰਕ ਹੈ ਗ੍ਰੈਮਰ ਕਾਰਨਰ ਹੈ ਉਹਨੂੰ ਵੀ ਚੰਗੀ ਤਰ੍ਹਾਂ ਸਿੱਖਦੇ ਨੇ ਜੀ। ਜੇ ਆਪਾਂ ਅੱਗੇ ਗੱਲ ਕਰੀਏ, ਅੱਗੇ ਆਪਾਂ ਦੇਖ ਰਹੇ ਹਾਂ ਸਾਹਮਣੇ ਜਿਵੇਂ ਐਡਜੈਕਟਿਵ ਹਾਊਸ ਹੈ ਜਾਂ ਗ੍ਰੀਡੀ ਡੌਗ ਹੈ, ਥਰਸਟੀ ਕਰੋ ਹੈ,
ਇਹ ਸਟੋਰੀ ਕਾਰਨਰ ਹੈ ਜੀ, ਬੱਚਿਆਂ ਦੇ ਲਈ ਜਿਹੜੀਆਂ ਸਟੋਰੀਜ਼ ਨੇ ਉਹਨਾਂ ਨੂੰ ਇੱਕ ਵਿਜ਼ੂਅਲਾਈਜੇਸ਼ਨ ਕੀਤੀ ਅਸੀਂ ਵੀ ਬੱਚੇ ਦੇਖ ਕੇ ਕਿਵੇਂ ਇਸ ਨੂੰ ਸਿੱਖ ਸਕਦੇ ਨੇ, ਜਿਵੇਂ ਗਰੀਡੀ ਡੌਗ ਹੈ ਪੰਜਾਬੀ ਦੇ ਵਿੱਚ ਆਪਾਂ ਲਾਲਚੀ ਕੁੱਤਾ ਪੜ੍ਹਦੇ ਹਾਂ ਜੀ, ਠੀਕ ਹੈ ਜੀ, ਉਹਦੇ ਲਈ ਇੱਕ ਵਿਜ਼ੂਅਲਾਈਜੇਸ਼ਨ ਪਿਕਚਰ ਬਣਦੀ ਹੈ ਪੂਰੀ ਦੀ ਪੂਰੀ, ਜਿਵੇਂ ਥ੍ਰਸਟੀ ਕਰੋ ਦੇ ਲਈ ਸਾਹਮਣੇ ਘੜਾ ਗਾ ਜੀ, ਉਹਨੂੰ ਦੇਖ ਕੇ ਪੂਰੀ ਦੀ ਪੂਰੀ ਪਿਕਚਰ ਡਿਵੈਲਪ ਹੁੰਦੀ ਹੈ ਬੱਚੇ ਦੇ ਮਾਇੰਡ ਦੇ ਵਿੱਚ ਜੀ ਸਰ, ਅਤੇ ਇਹ ਚੀਜ਼ਾਂ ਜਿਹੜੀਆਂ ਸਦਾ ਲਈ ਪ੍ਰਿੰਟ ਹੋ ਜਾਂਦੀਆਂ ਨੇ, ਬੱਚੇ ਦੇ ਲਈ ਯਾਦ ਰੱਖਣੀਆਂ ਸੌਖੀਆਂ ਹੋ ਜਾਂਦੀਆਂ ਨੇ, ਇੰਨੀ ਕੁ ਸਹਾਇਕ ਹੈ ਇਹ ਸਾਡਾ ਪਾਰਕ। ਅਤੇ ਦੂਸਰਾ ਐਡਜੈਕਟਿਵ ਹਾਊਸ ਹੈ ਜੀ, ਕਿਉਂਕਿ ਜਿਹੜੇ ਵਿਸ਼ੇਸ਼ਣ ਨੇ ਇੱਕ ਚੀਜ਼ ਨੂੰ ਕਿੰਨੀ ਤਰੀਕੇ ਨਾਲ ਅਸੀਂ ਦੱਸ ਸਕਦੇ ਹਾਂ, ਜਿਵੇਂ ਹਾਊਸ ਨੂੰ ਅਸੀਂ ਵੱਖ ਵੱਖ ਤਰੀਕਿਆਂ ਨਾਲ ਉਹਦੀ ਵਿਸ਼ੇਸ਼ਤਾ ਦੱਸੀ ਹੋਈ ਹੈ, ਇਸ ਕੰਸੈਪਟ ਦੇ ਨਾਲ ਅਸੀਂ ਹੋਰ ਸਾਰੀਆਂ ਜੀਵਨ ਦੀਆਂ ਜਿਹੜੀਆਂ ਗੱਲਾਂ ਨੇ ਉਹ ਚੰਗੀ ਤਰੀਕੇ ਨਾਲ ਸਿੱਖ ਸਕਦੇ ਹਾਂ। ਜਦੋਂ ਇੱਕ ਚੀਜ਼ ਦਾ ਬੇਸਿਕਲੀ ਕੰਸੈਪਟ ਪੱਕਾ ਹੋ ਗਿਆ, ਉਸ 'ਤੇ ਆਧਾਰਿਤ ਨਵੀਆਂ ਗੱਲਾਂ ਨੂੰ ਸਿੱਖਣਾ ਸੌਖਾ ਹੋ ਜਾਂਦਾ ਬੱਚੇ ਦੇ ਲਈ। ਅਤੇ ਅੱਗੇ ਚੱਲਦੇ ਹਾਂ ਆਪਾਂ, ਜਿਵੇਂ ਪੋਇਟਰੀ ਕਾਰਨਰ ਹੈ ਜੀ, ਇਸ ਦੇ ਵਿੱਚ ਵੱਖ ਵੱਖ ਪੋਇਟਸ ਦੀਆਂ ਜਿਹੜੀਆਂ ਕਵਿਤਾਵਾਂ ਨੇ ਆਪਾਂ ਇੱਥੇ ਲਗਾਈਆਂ ਹੋਈਆਂ ਨੇ, ਇਹ ਸਿਰਫ ਐਜ਼ ਏ ਐਗਜ਼ਾਮਪਲ ਨੇ, ਇਹਨਾਂ ਐਗਜ਼ਾਮਪਲਸ ਤੋਂ ਅਸੀਂ ਬੱਚਿਆਂ ਨੂੰ ਅੱਗੇ ਹੋਰ ਫਰਦਰ ਰੀਡਿੰਗ ਦੇ ਲਈ ਵੀ ਪ੍ਰੇਰਿਤ ਕਰਦੇ ਹਾਂ, ਤਾਂ ਕਿ ਇਸ ਤਰ੍ਹਾਂ ਦੀਆਂ ਪੋਇਮਸ ਬੱਚੇ ਲਿਖ ਸਕਣ, ਸਮਝ ਸਕਣ, ਪੜ੍ਹ ਸਕਣ ਜੀ। ਹਾਂਜੀ ਨਰਿੰਦਰ ਜੀ, ਸਰ ਹੁਣ ਆਪਾਂ ਗੱਲ ਕਰੀਏ ਭਾਸ਼ਾਵਾਂ ਦੀ, ਜਿਵੇਂ ਆਪਣੀ ਪੰਜਾਬੀ ਭਾਸ਼ਾ ਜਿਹੜੀ ਮਾਤ ਭਾਸ਼ਾ ਹੈ, ਇੰਗਲਿਸ਼ ਭਾਸ਼ਾ ਜਿਹੜੀ ਲਿੰਕ ਭਾਸ਼ਾ ਲਿੰਕ ਲੈਂਗੁਏਜ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਅਤੇ ਜਿਹੜੀ ਹਿੰਦੀ ਹੈ ਹਾਂਜੀ ਉਹਨੂੰ ਰਾਸ਼ਟਰੀ ਭਾਸ਼ਾ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਹਾਂਜੀ ਹਾਂਜੀ। ਅਤੇ ਜੇ ਆਪਾਂ ਗੱਲ ਕਰੀਏ ਪੰਜਾਬੀ ਦੇ ਵਿੱਚ ਤਾਂ ਹੁਣ ਬੱਚਿਆਂ ਦੀ ਪਾਕਟ ਹੁੰਦੀ ਹੁੰਦੀ ਹੈ ਹਾਂਜੀ ਹਾਂਜੀ, ਤੁਸੀਂ ਇਹ ਜਿਹੜਾ ਕਾਰਨਰ ਬਣਾ ਕੇ ਬੱਚਿਆਂ ਨੂੰ ਬਹੁਤ ਸੋਹਣਾ ਇੱਕ ਮਤਲਬ ਕਿ ਸਿਖਾ ਰਹੇ ਹੋ, ਜੇ ਆਪਾਂ ਗੱਲ ਕਰੀਏ ਪਾਕਟ ਦੀ ਹਾਂਜੀ, ਬੱਚਿਆਂ ਦੀ ਇੰਗਲਿਸ਼ ਦੇ ਵਿੱਚ ਅਤੇ ਹਿੰਦੀ ਦੇ ਵਿੱਚ ਕਿੰਨੀ ਕੁ ਪਾਕਟ ਹੈ ਸਰ? ਹਾਂਜੀ, ਹਿੰਦੀ ਅਤੇ ਇੰਗਲਿਸ਼ ਦੇ ਵਿੱਚ ਜਿਹੜੀਆਂ ਦੋ ਸੈਕਿੰਡ ਅਤੇ ਥਰਡ ਲੈਂਗੁਏਜ ਹੈ ਪੰਜਾਬੀ ਜਿਹੜੀ ਸਾਡੀ ਮਾਤ ਭਾਸ਼ਾ ਹੈ, ਕਿਉਂਕਿ ਹਰੇਕ ਟਾਈਮ ਉਸਨੂੰ ਵਰਤਦੇ ਹਾਂ, ਸਮਝਦੇ ਹਾਂ, ਬੋਲਦੇ ਹਾਂ ਜੀ, ਉਹਦੇ ਵਿੱਚ ਸਾਨੂੰ ਇੰਨੀ ਪ੍ਰੋਬਲਮ ਨਹੀਂ ਆਉਂਦੀ। ਪਰ ਜਿਹੜੀ ਇੰਗਲਿਸ਼ ਹੈ ਫੋਰਨਰ ਲੈਂਗੁਏਜ ਹੈ ਅਤੇ ਹਿੰਦੀ ਸਾਡੀ ਰਾਸ਼ਟਰੀ ਭਾਸ਼ਾ ਹੈ, ਇਹਨਾਂ ਦੋ ਭਾਸ਼ਾਵਾਂ ਦੇ ਵਿੱਚ ਭਾਵੇਂ ਦਿੱਕਤ ਆਉਂਦੀ ਹੈ ਜੀ, ਪਰ ਸਾਡੇ ਅਧਿਆਪਕਾਂ ਦੀ ਮਿਹਨਤ ਦੇ ਨਾਲ ਉਹਨੂੰ ਬਹੁਤ ਸੌਖੇ ਤਰੀਕੇ ਨਾਲ ਪੜ੍ਹਾਇਆ ਜਾਂਦਾ ਹੈ ਜੀ। ਜਿਵੇਂ ਆਪਾਂ ਇੰਗਲਿਸ਼ ਦੀ ਗੱਲ ਕਰ ਲਈਏ, ਕਿਉਂਕਿ 3-4 ਸਕਿੱਲਸ ਹੁੰਦੀਆਂ ਨੇ ਹਰੇਕ ਲੈਂਗੁਏਜ ਦੀਆਂ, ਬੱਚੇ ਨੂੰ ਪੜ੍ਹਨਾ ਆਉਣਾ ਚਾਹੀਦਾ, ਬੱਚੇ ਨੂੰ ਲਿਖਣਾ ਆਉਣਾ ਚਾਹੀਦਾ, ਬੱਚੇ ਨੂੰ ਬੋਲਣਾ ਆਉਣਾ ਚਾਹੀਦਾ, ਬੱਚੇ ਨੂੰ ਉਹਨੂੰ ਸਮਝ ਆਉਣੀ ਚਾਹੀਦੀ ਹੈ, ਸੁਣਨਾ ਜ਼ਰੂਰੀ ਹੈ ਜੀ। ਇਹ ਸਾਰੇ ਸਕਿੱਲ ਉੱਪਰ ਅਸੀਂ ਕੰਮ ਕਰਦੇ ਹਾਂ, ਬੱਚਿਆਂ ਦੀ ਲਿਸਨਿੰਗ ਦੇ ਲਈ ਅਸੀਂ ਲੈਬ ਦੇ ਵਿੱਚ ਉਹਨਾਂ ਨੂੰ ਲਿਸਨਿੰਗ ਕਰਾਉਂਦੇ ਹਾਂ, ਉਹਨਾਂ ਦੀ ਸਪੀਕਿੰਗ ਦੇ ਲਈ ਅਸੀਂ ਉਹਨਾਂ ਦੇ ਐਫਰਟਸ ਕਰਦੇ ਹਾਂ, ਪ੍ਰੇਅਰ ਦੇ ਵਿੱਚ ਉਹਨਾਂ ਨੂੰ ਟੋਪਿਕ ਦੇ ਕੇ ਉਹਨਾਂ ਦਾ ਐਕਸਪਲੋਜ਼ਰ ਕਰਦੇ ਹਾਂ ਉਹਨਾਂ ਨੂੰ, ਠੀਕ ਹੈ ਜੀ। ਇਸ ਤਰ੍ਹਾਂ ਲਿਸਨਿੰਗ ਹੋ ਗਈ, ਰਾਈਟਿੰਗ ਤਾਂ ਬੇਸਿਕ ਪਾਰਟ ਹੁੰਦਾ ਹੀ ਐਜੂਕੇਸ਼ਨ ਦਾ, ਵੀ ਉਹਦੇ ਵਿੱਚ ਆਪਾਂ ਲਿਖਦੇ ਜ਼ਿਆਦਾਂਗੇ, ਪਰ ਨਾਲ ਸਪੀਕਿੰਗ ਅਤੇ ਲਿਸਨਿੰਗ ਉਹ ਅਸੀਂ ਜ਼ਿਆਦਾ ਕਰਵਾਉਂਦੇ ਹਾਂ, ਤਾਂ ਕਿ ਇਸ ਭਾਸ਼ਾ ਦੇ ਉੱਪਰ ਉਹਨਾਂ ਦੀ ਪਕੜ ਮਜ਼ਬੂਤੀ ਦੇ ਨਾਲ ਹੋ ਸਕੇ। ਜਿਵੇਂ ਸਰ ਇਹ ਵਾਲਾ ਤੁਸੀਂ ਟ੍ਰੀ ਬਣਾਇਆ, ਇਸ ਨੂੰ ਤੁਸੀਂ ਐਜੂਕੇਸ਼ਨ ਦੇ ਵਿੱਚ ਬੱਚਿਆਂ ਦੀ ਪੜ੍ਹਾਈ ਦੇ ਵਿੱਚ ਕਿਵੇਂ ਮਦਦਗਾਰ ਸਹਾਈ ਕਰਦੇ ਹੋ? ਹਾਂਜੀ ਨਰਿੰਦਰ ਜੀ, ਜਿਵੇਂ ਤੁਹਾਨੂੰ ਦੱਸਣਾ ਚਾਹੂੰਗਾ, ਮਲਟੀਪਰਪਜ਼ ਯੂਜ਼ ਲੈਂਦੇ ਹਾਂ ਅਸੀਂ ਇਸ ਤੋਂ ਜੀ ਸਰ, ਇਸ ਟ੍ਰੀ ਤੋਂ ਸਭ ਤੋਂ ਪਹਿਲਾਂ ਉੱਪਰ ਨਿਗਾਹ ਮਾਰੀਏ, ਪ੍ਰੈਪੋਜ਼ੀਸ਼ਨ ਟ੍ਰੀ ਹੈ, ਇਹਦੇ ਉੱਪਰ ਪ੍ਰੈਪੋਜ਼ੀਸ਼ਨ ਜਿੰਨੀਆਂ ਆ ਸਕਦੀਆਂ ਸੀ, ਵੈਸੇ ਤਾਂ ਗਿਣਤੀ ਬਹੁਤ ਜ਼ਿਆਦਾ ਹੈ, ਪਰ ਜਿੰਨੀਆਂ ਕੁ ਬੇਸਿਕ ਨੀਡ ਹੈ ਬੱਚਿਆਂ ਦੀ ਸਿੱਖਣ ਦੇ ਲਈ, ਉਹਨਾਂ ਨੂੰ ਇੱਥੇ ਲਿਆ ਕੇ ਕਲਾਸ ਰੂਮ ਤੋਂ ਬਾਹਰ ਲੈ ਕੇ ਜਦੋਂ ਖੁੱਲ੍ਹੇ ਵਾਤਾਵਰਨ ਦੇ ਵਿੱਚ ਇੱਕ ਈਜ਼ੀ ਮਾਹੌਲ ਦੇ ਵਿੱਚ ਬੱਚੇ ਸਿੱਖਦੇ ਨੇ, ਤਾਂ ਬਹੁਤ ਸੌਖੇ ਤਰੀਕੇ ਨਾਲ ਉਹਨਾਂ ਦੇ ਲਰਨ ਹੋ ਜਾਂਦੇ ਨੇ, ਯਾਦ ਹੋ ਜਾਂਦੇ ਨੇ। ਅਤੇ ਸੈਕਿੰਡ ਹੈ ਜਿਹੜੇ ਛੋਟੇ ਬੱਚੇ ਨੇ ਉਹਨਾਂ ਦੇ ਲਈ ਮੰਥ ਨੇਮ ਨੇ, ਕਾਊਂਟਿੰਗ ਹੈ, ਹੋਰ ਸਾਰੀਆਂ ਜਿਹੜੀਆਂ ਸਰਕਲ ਦਾ ਕੰਸੈਪਟ ਹੈ ਉਹ ਅਸੀਂ ਇਸ ਪਿੱਲਰ ਦੇ ਉੱਪਰ, ਇਸ ਟ੍ਰੀ ਦੇ ਉੱਪਰ ਸੌਖੇ ਹੀ ਬੱਚਿਆਂ ਨੂੰ ਸਮਝਾ ਸਕਦੇ ਹਾਂ, ਅਤੇ ਬੱਚੇ ਖੇਡ ਵੀ ਰਹੇ ਨੇ ਇੱਥੇ ਅਤੇ ਨਾਲ ਦੀ ਨਾਲ ਸਿੱਖ ਵੀ ਰਹੇ ਨੇ। ਇਹੀ ਸਾਡਾ ਉਦੇਸ਼ ਹੈ, ਇਹੀ ਸਾਡਾ ਪਰਪਜ਼ ਦਾ ਐਜੂਕੇਸ਼ਨ ਦਾ, ਵੀ ਐਜੂਕੇਸ਼ਨ ਇੱਕ ਬੋਝ ਨਾ ਹੋਵੇ, ਬਰਡਨ ਨਾ ਹੋਵੇ ਸਾਡੇ ਦਿਮਾਗ ਦੇ ਉੱਪਰ, ਖੇਡੋ, ਸਿੱਖੋ, ਹੱਸਦੇ ਖੇਡਦੇ ਇਹਨਾਂ ਐਜੂਕੇਸ਼ਨਲ ਚੀਜ਼ਾਂ ਨੂੰ ਮਨ ਦੇ ਵਿੱਚ ਵਸਾਓ। ਹੁਣ ਆਪਾਂ ਫਾਈਨਲ ਵੱਲ ਨੂੰ ਚੱਲਦੇ ਹੋਏ, ਮੈਂ ਸਾਰੇ ਹੀ ਟੀਚਰ ਸਾਹਿਬਾਨਾਂ ਦਾ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਵਿੱਚੋਂ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਸਾਡੇ ਇਸ ਪ੍ਰੋਗਰਾਮ ਸਾਡਾ ਸਕੂਲ ਸਾਡਾ ਮਾਣ ਦੇ ਵਿੱਚ ਸਾਥ ਦਿੱਤਾ, ਮੈਂ ਸਾਰਿਆਂ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ। ਧੰਨਵਾਦ।